ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵੈਲਕਮ ਟੂ ði ਸਪਿਰਚੁਅਲ ਜਰਨੀ ਦਰਸ਼ਨ ਸਾਗਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਇੰਨਾ ਪਿਆਰ ਦਿੰਦੇ ਹੋ ਇਸ ਚੈਨਲ ਨੂੰ ਦੇਖਦੇ ਹੋ ਮਹਾਰਾਜ ਦੀਆਂ ਗੱਲਾਂ ਸੁਣਦੇ ਹੋ ਮਹਾਰਾਜ ਦਰਸ਼ਨ ਬਦਾਸ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋ ਮੈਂ ਸ਼ਮਾ ਚੰਦਾ ਕਿ ਬਹੁਤ ਦਿਨਾਂ ਬਾਅਦ ਅੱਜ ਫਿਰ ਆਪ ਜੀ ਦੇ ਰੂਬਰੂ ਹੇ ਮਹਾਰਾਜੀ ਦੇ ਪ੍ਰਾਣੀ ਸੇਵਕਾਂ ਨੂੰ ਲੈ ਕੇ ਆਇਆ ਕਰਨੇ ਸੀ ਕਿ ਬੇਟੇ ਦਾ ਵਿਆਹ ਸੀਗਾ ਸ਼ਾਦੀ ਸੀਗੀ ਉਹਦੇ ਵਿੱਚ ਕਾਫੀ ਦਿਨ ਲੰਘੇ ਤੇ ਉਸ ਤੋਂ ਬਾਅਦ ਆਪ ਜੀ ਨੂੰ ਪਤਾ ਹੈ ਕਿ ਹਜ਼ੂਰ ਮਹਾਰਾਜੀ ਨੇ ਕਿਰਪਾ ਕੀਤੀ ਹੈ ਪਾਰ ਮਿਹਰ ਕੀਤੀ ਹੈ ਜਿਹਦੇ ਮੁਕਾਬਲ ਵੀ ਨਹੀਂ ਮੈਨੂੰ ਵਰਲਡ ਕਬੱਡੀ ਤੇ ਯੂਰਪੀਅਨ ਕਬੱਡੀ ਦਾ ਪ੍ਰੈਜ਼ੀਡੈਂਟ ਪ੍ਰਧਾਨ ਬਣਾਇਆ ਉਹਦੇ ਕਰਕੇ ਜਿੱਥੇ ਵੀ ਕਿਤੇ ਟੂਰਨਾਮੈਂਟ ਹੁੰਦੇ ਨੇ ਜਾਣਾ ਪੈਂਦਾ ਤੇ بیٹے ਦੀ شادی ਤੋਂ ਬਾਅਦ ਅਸੀਂ ਸਾਈਪਰਸ ਗਏ ਮਿਸਿਸ ਤਾਂ ਮੈਂ ਤੇ ਪਰਸੋਂ ਵਾਪਸ ਆਏ ਆ ਤੇ ਆਂਦਿਆਂ ਹੀ ਕੰਮ ਤੇ ਚਲੇ ਗਏ ਇਸ ਕਰਕੇ ਕੋਈ ਇੰਟਰੂ ਨਹੀਂ ਕਰ ਪਾਇਆ ਹਾਂ ਸਾਈਪਰਸ ਤੋਂ ਛੋਟੀ ਜੀ ਵੀਡੀਓ ਮੈਂ ਜਰੂਰ ਪਾਈ ਸੀਗੀ ਕਿਉਂਕਿ ਉਸ ਟਾਈਮ ਤੇ ਜਦੋਂ 1984 ਦੇ ਵਿੱਚ ਅਸੀਂ ਸਭ ਲੋਨੀ ਦਰਬਾਰ ਤੋਂ ਵਿਛੜੇ ਸੀ ਨਿਕਲੇ ਸੀ ਤੇ ਉੱਥੇ 11 ਦਾਸਾਂ ਦੀ ਸ਼ਹੀਦੀ ਵੀ ਹੋ ਗਈ ਸੀਗੀ ਉਹਨਾਂ ਨੂੰ ਯਾਦ ਕਰਨ ਵਾਸਤੇ ਕਿਉਂਕਿ ਮਿਸ਼ਨ ਦੇ ਵਿੱਚ ਸਾਰੇ ਹੀ ਅਸੀਂ ਬਹੁਤ ਰੁੱਝ ਗਏ ਆਂ ਮਸ਼ਰੂਫ ਹੋ ਗਏ ਆਂ ਕੋਈ ਸੰਗਤ ਵਿਦਵਾਨ ਚ ਕੋਈ ਪ੍ਰਾਪਰਟੀਆਂ ਚ ਕੋਈ ਡੇਰੇ ਲਾਂਚ ਤੇ ਕਿਸੇ ਨੂੰ ਵੀ ਇਹ ਸੁਧਬੋਧੀ ਨਹੀਂ ਹੈ ਕਿ ਜਿੰਨਾ ਸੇਵਕਾਂ ਨੇ ਜਿੰਨਾਂ ਦੇ ਸੇਵਕਾਂ ਕਰਕੇ ਅੱਜ ਉਹ ਦਰਬਾਰ ਹੈ ਉਹਨਾਂ ਦੀ ਸ਼ਹਾਦਤ ਵਾਸਤੇ ਦੋ ਲਬਜ ਵੀ ਕਹਿ ਸਕਣ ਜਾਂ ਕੱਢ ਸਕਣ ਮੇਰਾ ਖਿਆਲ ਤੇ ਸਾਨੂੰ ਸਾਰਿਆਂ ਨੂੰ ਇਹ ਹਰ ਸਾਲ ਉਹਨਾਂ ਦੇ ਨਾਂ ਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਗਮ ਬੱਚਿਆਂ ਵਾਸਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਇਹ ਅੱਜ ਸਿੱਖ ਜਗਤ ਦੇ ਵਿੱਚ ਪੰਥ ਦੇ ਵਿੱਚ ਹਰ ਇੱਕ ਉਹ ਬੰਦੇ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਜਿਹਦੇ ਕਰਕੇ ਅੱਜ ਪੰਥ ਹੈ ਤੇ ਸਾਡੇ ਮਿਸ਼ਨ 'ਚ ਕਿਉਂ ਨਹੀਂ ਬਾਕੀ ਮੇਰਾ ਕਿਸੇ ਨਾਲ ਗੁੱਸਾ ਗਿਲਾ ਨਹੀਂ ਹੈ ਹਰ ਇੱਕ ਦੀ ਆਪਣੀ ਸੋਚ ਹੈ ਪਰ ਮੇਰੀ ਸੋਚ ਹੈ ਜਿਸ ਮਿਸ਼ਨ ਦੀਆਂ ਜਾਂ ਜਿਸ ਕੌਮ ਦੀਆਂ ਜੜਾਂ ਕਮਜ਼ੋਰ ਹੁੰਦੀਆਂ ਨੇ ਵੀਕ ਹੁੰਦੀਆਂ ਨੇ ਜਾਂ ਉਹਦੀ ਹਿਸਟਰੀ ਨੂੰ ਉਲਾ ਦਿੱਤਾ ਜਾਂਦਾ ਤੇ ਉਹ ਵੀ ਪਰਫੁੱਲਤ ਇੰਨਾ ਨਹੀਂ ਹੋ ਸਕਦੀ ਮੈਂ ਮਾਫੀ ਚਾਹਾਂਗਾ ਅਗਰ ਕਿਸੇ ਨੂੰ ਕੋਈ ਗੁੱਸਾ ਲੱਗਿਆ ਹੋਵੇ ਅੱਜ ਸਾਡੇ ਨਾਲ ਨੇ ਦਾਸ ਸਵਰਨ ਕੋਰ ਜੀ ਲੰਡਨ ਤੋਂ ਜਿਹੜੇ ਕੀ ਮਹਾਰਾਜੀ ਦੇ ਬਹੁਤ ਪੁਰਾਣੇ ਸੇਵਾਦਾਰ ਨੇ ਤੇ ਮੈਨੂੰ ਯਾਦ ਹੈ ਕਿ ਮੈਂ ਦੇਖਦਾ ਹੁੰਦਾ ਸੀ ਕਿ ਹਰ ਸੰਗਰਾਂਤ ਤੇ ਹਰ ਪੰਡਾਰੇ ਤੇ ਸੌਥਾਲ ਦੀ ਬੱਸ ਦੇ ਵਿੱਚ ਇਹ ਚੜ ਕੇ ਆਉਂਦੇ ਸੀ ਚਾਹੇ ਜਿੱਦਾਂ ਦਾ ਮਰਜ਼ੀ ਕੀ ਕਹਿੰਦੇ ਵੈਦਰ ਹੁੰਦਾ ਸੀ ਸਮਾਂ ਹੁੰਦਾ ਸੀ ਜਾਂ ਸਿਹਤ ਠੀਕ ਹੁੰਦੀ ਸੀ ਜਾਂ ਨਹੀਂ ਹਰ ਥਾਂ ਤੇ ਹਰ 사ਸੰਗ ਚ ਇਹ ਯੂਨੀਫਾਰਮ ਪਾ ਕੇ ਆਪਣੀ ਡਿਊਟੀ ਕਰਿਆ ਕਰਦੇ ਅੱਜ ਵੀ ਇਹ ਬਰਮਿੰਗਮ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਜਦੋਂ ਵੱਡਾ ਭੰਡਾਰਾ ਹੁੰਦਾ ਤੇ ਯੂਨੀਫਾਰਮ ਪਾਈ ਹੁੰਦੀ ਅੱਜ ਇਹਨਾਂ ਨੂੰ ਪੁੱਛਦਿਆਂ ਕਿ ਉਹ ਕੀ ਕਾਰਨ ਹੋਇਆ ਉਹ ਕਿਸ ਤਰ੍ਹਾਂ ਇਸ ਸਵੱਭ ਬਣਿਆ ਜਦੋਂ ਸਾਡੇ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਨੇ ਇਹਨਾਂ ਨੂੰ ਵੀ ਇੰਟਰਨਲੀ ਫੋਨ ਕਾਲ ਕੀਤੀ ਕਿ ਬੁਲਾਇਆ ਕਿ ਆਓ ਤੇ ਪਰ ਇਹ ਕਿਦਾਂ ਹੋਇਆ ਇਹਨਾਂ ਦੀ ਜ਼ੁਬਾਨੀ ਸੁਣਦੇ ਆਂ ਗੁਰਪੰਥ ਜੀ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੰਦਾ ਪਨਾਹ ਸਰਬੰਦਾ ਪਨਾਹ ਬਹੁਤ ਬਹੁਤ ਮਿਹਰਬਾਨੀ ਅੱਜ ਤੁਹਾਡਾ ਟਾਈਮ ਮੈਨੂੰ ਮਿਲ ਗਿਆ ਬਹੁਤ देर ਹੋ ਗਈ ਹੈ ਲੱਭਦਿਆਂ ਕਰਦਿਆਂ ਇੱਕ ਦੂਜੇ ਕੋ ਟਾਈਮ ਨਹੀਂ ਮਿਲਿਆ ਨਾ ਹਾਂਜੀ ਤੇ ਬਹੁਤ ਬਹੁਤ ਕਿੰਨੇ ਦਾ ਸ਼ੁਕਰੀਆ ਮਹਾਰਾਜ ਜੀ ਦਾ ਜਦੋਂ ਮੈਂ ਕਹਿੰਦਾ ਚਾਹਦਾ ਤੇ ਉਦੋਂ ਆਪੇ ਕਰਵਾ ਲੈਂਦਾ ਬਿਲਕੁਲ ਬਿਲਕੁਲ ਬੰਜੀ ਇਹ ਦੱਸੋ ਕਿ ਮੈਨੂੰ ਪਤਾ ਕਿ ਜਦੋਂ ਦਾ ਮੈਂ ਇੰਗਲੈਂਡ ਚ ਆਇਆ ਉਦੋਂ ਦਾ ਮੈਂ ਦੇਖਦਾ ਤੁਸੀਂ ਯੂਨੀਫਾਰਮ ਪਾ ਕੇ ਡਿਊਟੀ ਕਰਦੇ ਕੋਈ ਭੰਡਾਰਾ ਮਿਸ ਨਹੀਂ ਕੀਤਾ ਕੋਈ ਫੰਕਸ਼ਨ ਮਿਸ ਨਹੀਂ ਕੀਤਾ ਹਰ ਜਗ੍ਹਾ ਤੇ ਪਹੁੰਚਦੇ ਰਹੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਆਪ ਜੀ ਮਹਾਰਾਜ ਦਰਸ਼ਨ ਦਾਸ ਜੀ ਨੂੰ ਕਦੋਂ ਕਿੱਥੇ ਤੇ ਕਿਸ ਤਰ੍ਹਾਂ ਮਿਲੇ ਅਸੀਂ ਮਹਾਰਾਜ ਨੂੰ ਮਿਲੇ ਸੀ 86 ਵਿੱਚ ਮੈਂ ਨਾਮ ਲਿਆ ਸੀ ਮਹਾਰਾਜ ਤੋਂ ਜੀ 2 ਸਾਲ ਪਹਿਲਾਂ ਮਿਲੇ 1 ਸਾਲ ਪਹਿਲਾਂ ਮਿਲੇ ਫਿਰ 2 ਸਾਲ ਮਹਾਰਾਜ ਦੇ ਨਾਲ ਨਾ ਰਹੀ ਸੀ ਜੀ ਤੇ ਸਾਡੇ ਗਵਾਂਢੀ ਸਿਰੇ ਜਾਂਦੇ ਹੁੰਦੇ ਤਾਂ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਆਂਟੀ ਅੰਕਲ ਠੀਕ ਨੇ ਰਹਿੰਦਾ ਇੱਕ ਬਾਬਾ ਆਇਆ ਬਰਨੀ گاਵਾ ਤੇ ਉੱਥੇ ਜਾ ਲੈ ਕੇ ਤੇ ਮੈਂ ਉਹਨੂੰ ਕਹਣਾ ਮੈਂ ਬਹੁਤ ਬਾਬਿਆਂ ਕੋਲ ਮੈਂ ਨਹੀਂ ਕਿਤੇ ਜਾਣਾ ਤੇ ਮੈਨੂੰ ਮੈਂ ਨਹੀਂ ਮਨਦੀ ਨਹੀਂ ਕਿਸੇ ਨੂੰ ਵੀ ਕੋ ਕਹਿੰਦੇ ਨਹੀਂ ਤੂੰ ਜਾ ਮਾ ਬਾਬਾ ਛੋਟੇ ਜਿਹੇ ਇੰਡੀਆ ਤੋਂ ਆਏ ਹੋ ਤੁਸੀਂ ਉੱਥੇ ਉਹਨਾਂ ਦੇ ਕੋਲ ਜਾਓ ਜੀ ਤੇ ਰੇਤੇ ਕੋਚਾ ਲੈ ਗਏ ਸੀ ਸਾਡੇ ਇੱਥੇ ਲੱਗ ਗਈ ਜੀ ਤੇ ਫਿਰ ਉਹ ਮੈਨੂੰ ਕੋਚ ਦੇ ਵਿੱਚ ਲੈ ਕੇ ਗਏ ਜਦੋਂ ਲੈ ਕੇ ਗਏ ਤਾਂ ਮਹਾਰਾਜ ਤਾਂ ਉੱਥੇ ਹੈ ਨਹੀਂ ਸੀਗੇ ਤੇ ਜਿਹੜੇ ਆਪਣੇ ਸੇਵਕ ਸੀ ਨਾ ਚਿੱਟੀ ਯੂਨੀਫਾਰਮ ਪਾ ਕੇ ਸਾਰੇ ਖੜੇ ਤਾਂ ਮੈਨੂੰ ਇਦਾਂ ਲੱਗਦਾ ਸੀ ਵੀ ਆ ਵੀ ਮਹਾਰਾਜੀ ਅਸੀਂ ਉਹਨੂੰ ਮੱਥਾ ਟੇਕੀ ਜਾਏਗੇ ਜਿਹੜਾ ਮੋਰੇ ਆਵੇ ਸੇਵਕ ਉਹਨੂੰ ਮੱਥਾ ਉਹ ਕਹਿੰਦੇ ਨਹੀਂ ਨਹੀਂ ਮਾਤਾ ਅਸੀਂ ਨਹੀਂ ਬਾਬਾ ਮਹਾਰਾਜ ਤਾਂ ਜੇ ਆਏ ਨਹੀਂਗੇ ਤਾਂ ਤੁਸੀਂ ਬਹਿ ਜਾਓ ਆਣ ਕੇ ਫਿਰ ਗੱਲਬਾਤ ਕਰਿਓ ਜੀ ਫੇਰ ਮਹਾਰਾਜ ਜੀ ਆਏ ਤਾਂ ਮਹਾਰਾਜ ਨਾਲ ਗੱਲ ਹੋਈ ਮਹਾਰਾਜ ਕਹਿੰਦੇ ਤੁਸੀਂ ਇਹ ਨਾ 100th ਹਾਲ ਨਾ ਕਵੈਂਟੀ ਸੈਂਟਰ ਚ ਆ ਜਾਏ। ਅੱਛਾ ਜੀ। ਜਦੋਂ ਮੈਂ ਉੱਥੇ ਗਈ ਤਾਂ ਫੇਰ ਉਹ ਮੇਰੀਆਂ ਲੜਕੀਆਂ ਚਾਰੇ ਨਾਲ ਸਿੱਗਿਆ। ਜੀ। ਤੇ ਮਹਾਰਾਜ ਕਹਿੰਦੇ ਮੈਨੂੰ ਕਹਿੰਦੇ ਜਿਹੜੇ ਪਹਿਲਾਂ ਉਹਨਾਂ ਕਹਿੰਦੇ ਜਿਹੜੇ ਪਹਿਲਾਂ ਆਏ ਆ ਨਾ ਸੇਵਕ ਨਵੇਂ ਉਹਨਾਂ ਨੂੰ ਲੈਂਡ ਚ ਬਿਠਾ ਲਦੇਓ। ਜੀ। ਤੇ ਅਸੀਂ ਫੇਰ ਲੈਂਡ ਚ ਬਹਿ ਗਏ ਆ ਤਾਂ ਮਹਾਰਾਜ ਕਹਿੰਦੇ ਉਹ ਜਿਹੜੀ ਬੀਬੀ ਪਿੱਛੇ ਬੈਠੀ ਨਾ ਸਾਰਿਆਂ ਤੋਂ ਉਹਨੂੰ ਮੋਰੇ ਲਿਆਓ। ਜੀ। ਤੇ ਜਦੋਂ ਮੈਂ ਗਈ ਮਹਾਰਾਜ ਕਹਿੰਦੇ ਕੀ ਹੋ ਗਿਆ ਮਾਤਾ ਨੇ ਕਿ ਮਹਾਰਾਜ ਜੀ ਬਹੁਤ ਦੁਖ ਹੋਆ ਮੈਂ ਕਿਹਾ ਉਹ ਕੁਝ ਹੋ ਗਿਆ ਮੇਰੇ ਨਾਲ ਵੀ ਮੈਂ ਦੁਖੀ ਬਹੁਤ ਆ ਕਹਿੰਦੇ ਅੱਛਾ ਕਾ ਤੇ ਦੁਖੀ ਆ ਜੀ ਮੈਂ ਕਿਹਾ ਬਹੁਤ ਸਾਰੀਆਂ ਗੱਲਾਂ ਬਹੁਤ ਮੇਰੇ ਵਾਸਤੇ ਨਾ ਤੰਗੀ ਬੜੀ ਆ ਕਹਿੰਦੇ ਅੱਛਾ ਫਿਕਰ ਨਾ ਕਰ ਜੋ ਮੇਰੇ ਨਾਲ ਪਿੱਛੇ ਇੰਡੀਆਂ ਹੋਇਆ ਸੀ ਨਾ ਜੀ ਜੀ ਸਾਰੇ ਮਹਾਰਾਜ ਨੇ ਮੈਨੂੰ ਆਪੇ ਦਾ ਹੱਸ ਦਿੱਤਾ ਕਿ ਤੇਰੇ ਨਾਲ ਇਦਾਂ ਹੋਈ ਆ ਤੈਨੂੰ ਇਦਾਂ ਲੈ ਕੇ ਗਏ ਆ ਤੇ ਨਾ ਇਦਾਂ ਤੁੱਖੀ ਹੋਏ ਆ ਤੇ ਨਮਾਰਨ ਫਿਰਦੇ ਸੀਗੇ ਸਾਰੀ ਸਟੋਰੀ ਮੇਰੀ ਪਿਛਲੀ ਸਾਰੀ ਦੱਸ ਦਿੱਤੀ ਉਹਨਾਂ ਨੂੰ ਮੈਂ ਕਿ ਅੱਛਾ ਮਹਾਰਾਜ ਜੀ ਫੇ ਹੁਣ ਕਹਿੰਦੇ ਜਾਓ ਕੋਈ ਨੀ ਠੀਕ ਹੋ ਜਾਓਗੇ ਫਿਰ ਮਹਾਰਾਜ ਜੀ ਜਾਂਦੀ ਰਹੀ ਸ ਮਹਾਰਾਜ ਜੀ ਇੰਨੀ ਕਿਰਪਾ ਹੋਈ ਨਾ ਮੇਰੇ ਤੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿੰਨੀ ਮੇਰੇ ਤੇ ਕਿਰਪਾ ਹੋਈ ਮਹਾਰਾਜ ਜੀ ਪਪੰਜੀ ਤੁਹਾਨੂੰ ਇਹਨਾਂ ਨਹੀਂ ਲੱਗਿਆ ਕਿ ਜਦੋਂ ਤੁਸੀਂ ਮਹਾਰਾਜ ਕੋ ਗਏ ਤੇ ਤੁਹਾਡੇ ਨਾਲੋਂ ਛੁੱਟੀ ਉਮਰ ਹੋਣੀ ਹੈ ਠੀਕ ਹੈ ਤੇ ਉਹ ਤੁਹਾਨੂੰ ਸਭ ਕੁਝ ਦੱਸਦੇ ਰਹੇ ਤੁਹਾਡਾ ਪਿੰਡ ਤੁਹਾਡਾ ਥਾਂ ਤੁਹਾਨੂੰ ਕਿੰਨੇ ਕੀਤਾ ਕਿਦਾਂ ਪ੍ਰੋਬਲਮ ਹੋਈ ਤੁਹਾਨੂੰ ਇਹ ਨਹੀਂ ਲੱਗਿਆ ਕਿ ਇਹ ਬਾਬੇ ਨੂੰ ਕਿੱਦਾਂ ਪਤਾ ਹਾਂਜੀ ਮੈਂ ਕਿਹਾ ਸੀ ਮੈਂ ਮੈਨੂੰ ਸਾਰ ਜੋ ਮੇਰੇ ਨਾਲ ਬੀਤੀਆਂ ਸੀ ਉਹ ਮਹਾਰਾਜ ਮੈਨੂੰ ਆਪ ਹੀ ਦੱਸੀ ਜਾਂਦੇ ਸੀ ਤੇ ਮੈਂ ਕਹਿੰਦੀ ਸੀ ਇਹਨਾਂ ਨੂੰ ਕਿੱਦਾਂ ਪਤਾ ਮੇਰਾ ਵੀਰ ਨਾਲ ਹੋਈ ਜੋ ਜੋ ਹੋਇਆ ਮੈਨ ਜਿੱਦਾਂ ਜਿੱਦਾਂ ਹੋਈ ਮੈਨ ਦੱਸ ਦਿੱਤਾ ਸਾਰਾ ਕੁਝ ਫੇ ਕਹਿੰਦੇ ਤੁਹਾਨੂੰ ਕੀਤਾ ਆ ਮੈਂ ਕਿਹਾ ਵੀ ਕਿੰਨੇ ਕੀਤਾ ਕਹਿੰਦੇ ਅਸੀਂ ਦੱਸਣਾ ਨਹੀਂ ਹੈਗਾ ਜੀ ਤੇ ਜਾਓ ਹੁਣ ਤੁਸੀਂ ਠੀਕ ਹੋ ਜਾਓਗੇ ਫਿਕਰ ਨਾ ਕਰੋ ਤੇ ਤੁਸੀਂ ਸਿਕਰ ਵਾਲੀ ਕੋ ਗੱਲ ਨਹੀਂ ਹੈਗੀ ਇਹ ਦੇਖ ਲਓ ਫਿਰ ਮਹਾਰਾਜ ਜੀ ਦੀ ਕਿਰਪਾ ਹੋਵੇ ਨਾ ਸਾਰਾ ਕੁਛ ਠੀਕ ਹੋ ਗਿਆ ਮੇਰਾ ਭੈਣ ਜੀ ਇਹ ਦੱਸੋ ਕਿ ਵੀ ਜਿਹੀ ਕਹਿੰਦੇ ਕਿ ਉਸ ਤੋਂ ਪਹਿਲਾਂ ਤੁਸੀਂ ਕਾਫੀਆਂ ਕੁਲ ਗਏ ਨਾ ਤੇ ਕੀ ਕਿਸੇ ਨੇ ਪਹਿਲਾਂ ਇਦਾਂ ਤੁਹਾਨੂੰ ਦੱਸਿਆ ਜਿੱਦਾਂ ਮਹਾਰਾਜ ਜੀ ਇਦਾਂ ਦੱਸ ਰਹੇ ਸੀ ਕਿ ਜਿਵੇਂ ਤੁਹਾਡੇ ਨਾਲ-ਨਾਲ ਤੁਰੇ ਫਿਰਦੇ ਆ ਜਾਂ ਨਾਲ ਰਹਿੰਦੇ ਹੁੰਦੇ ਉਹ ਨਾ ਇਹ ਬਿਲਕੁਲ ਨਹੀਂ ਕਿਸੇ ਨੇ ਦੱਸਿਆ ਸਾਹਿਬ ਜਿੰਨੇ ਵੀ ਮਿਲਦੇ ਰਹੇ ਨਾ ਖਾਣ ਵਾਲੇ ਮਿਲਦੇ ਰਹੇ ਸਾਰਿਆਂ ਨੇ ਤਾਂ ਵੀ ਕਿੰਨਾ ਪੈਸਾ ਦੇਦੇ ਇੱਥੇ ਪੁੱਛਦਾ ਇੰਨਾ ਦੇਦੇ ਇੱਥੇ ਪੁੱਛਣਾ ਸਭ ਖਾਣ ਵਾਲੇ ਸੀ ਕਿਤੇ ਉਹ ਮੈਨੂੰ ਫਾਇਦਾ ਨਹੀਂ ਸੀ ਹੋਇਆ ਮੈਨੂੰ ਮਹਾਰਾਜ ਦਰਸ਼ਨਦਾਸ ਨੇ ਜੋ ਹੋਇਆ ਮਹਾਰਾਜ ਨੇ ਮੈਨੂੰ ਦਿੱਤਾ ਨਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਮਹਾਰਾਜ ਜੀ ਇੰਨੀ ਕਿਰਪਾ ਹੋਈ ਆ ਨਾ ਤੇ ਬਹੁਤ ਜ਼ਿਆਦਾ ਇਹ ਤੇ ਹੋ ਗਈ ਜੱਗੀ ਗੱਲ ਠੀਕ ਹੈ ਮਹਾਰਾਜ ਜੀ ਨੇ ਰਹਿਮਤ ਕਰਤੀ ਤੁਸੀਂ ਠੀਕ ਹੋ ਗਏ ਤੇ ਜਿਹੜਾ ਰੱਬ ਦਾ ਖਜ਼ਾਨਾ ਰੱਬ ਦਾ ਖਜ਼ਾਨਾ ਕਦੋਂ ਮਿਲਿਆ ਨਾਮ ਕਦੋਂ ਮਿਲਿਆ ਨਾਮ ਮੈਨੂੰ ਮਿਲਿਆ ਸੀ 86 ਵਿੱਚ ਜੀ 86 ਵਿੱਚ ਮਿਲਿਆ ਸੀ ਤਾਂ ਮੈਂ ਸਾਰੇ ਜਿਹੜੇ ਨਾਮ ਦਿੰਦੇ ਸੀ ਤਾਂ ਬੰਦਾ ਕੋਈ ਰੋਦਾ ਸੀ ਕੋਈ ਡਰਦਾ ਸੀ ਤਾਂ ਮੈਂ ਇਦਾਂ ਬੈਠੀ ਸੀ ਮੈਂ ਕਹਿੰਦਾ ਮਹਾਰਾਜ ਤੋਂ ਕਿਉਂ ਡਰਨਾ ਹੈ ਮੈਂ ਤੋਂ ਡਰਨਾ ਮੈਂ ਕੋਈ ਕੋਈ ਗਲਤੀ ਕੀਤੀ ਹੋਈ ਆ ਤੇ ਜਦੋਂ ਮਹਾਰਾਜ ਨੇ ਮੇਰਾ ਨਾਮ ਦਿੱਤਾ ਮੈਨੂੰ ਕਹਿੰਦੇ ਮਤਾ ਤੂੰ ਦੁਖੀ ਬਹੁਤ ਆਂ ਜੇ ਹੁਣ ਤੂੰ ਨਾਮ ਲੈ ਕੇ ਜ਼ਿਆਦਾ ਦੁਖੀ ਹੋਗੀ ਤੂੰ ਕੀ ਕਰੂੰਗੀ ਜੀ ਕਿ ਮੈਂ ਨਹੀਂ ਮਹਾਰਾਜ ਜੀ ਮੈਂ ਹੁਣ ਮੈਨੂੰ ਲੱਗਦਾ ਮੈਂ ਨਹੀਂ ਦੁਖੀ ਹੋਣੀ ਤੇ ਕਿੱਦਾਂ ਤੈਨੂੰ ਪਤਾ ਮੈਂ ਕਿ ਮੈਨੂੰ ਲੱਗਦਾ ਮੈਂ ਨਹੀਂ ਹੁਣ ਦੁਖੀ ਹੋਣਾ ਮੈਨੂੰ ਨਹੀਂ ਪਤਾ ਆਪੇ ਮਹਾਰਾਜ ਮੇਤੋ ਗੱਲਾਂ ਕਰਾਈ ਜਾਂਦੇ ਸੀ ਜੀ ਤੇ ਇੱਕ ਬੰਦਾ ਇੱਥੇ ਖੇਲਦਾ ਸੀ ਫੇ ਮਹਾਰਾਜ ਇਹਨਾਂ ਨੂੰ ਕਿਹਾ ਜਿਹੜਾ ਬੰਦਾ ਮਾਰ ਕੇ ਆਇਆ ਪਿੱਛੇ ਨਾ ਆਂਦੀਆ ਉਹਨੂੰ ਪਹਿਲਾਂ ਵਿਦਾਨ ਕਰਕੇ ਆ ਫਿਰ ਤੇ ਨਾਮ ਦੇਣਾ ਉਹਨੂੰ ਅੰਦਰੋਂ ਕੱਢ ਦਿੱਤਾ ਸੀਗਾ ਓਹੋ ਅੱਛਾ हां वो बंदे नु ਕੱਢ ਦਸਦਾ ਕਹਿੰਦੇ ਦੌੜ ਜਾ ਇੱਥੋਂ ਤੂੰ ਅਪਹਿਲਾ ਆਪਣਾ ਜਿਹੜਾ ਇੰਡੀਆ ਬੰਦਾ ਮਾਰਿਆ ਹੈ ਨਾ ਉਹ ਉਹਦਾ ਸਾਰਾ ਵਿਧਾਨ ਕਰਕੇ ਤਾਂ ਫੇਰ ਸਾਡੇ ਕੋ ਆਈ ਤੇ ਮੈਂ ਸੋਚਦੀ ਸੀ ਮੈਂ ਕਿਹਾ ਮਹਾਰਾਜ ਨੇ ਇਹਨੂੰ ਕੱਢ ਦਸਤਾ ਤੇ ਸਾਰੇ ਡਰਦੇ ਸੀ ਮੈਂ ਨਹੀਂ ਡਰੀ ਮੈਂ ਕਿਹਾ ਮੈਂ ਕੋਈ ਗਲਤੀ ਨਹੀਂ ਕੀਤੀ ਮੈਨੂੰ ਮਾਤਰ ਸਤ ਜੁਰ ਮੈਨੂੰ ਤੇ ਡਰ ਨਹੀਂ ਸੀ ਲੱਗਦਾ ਯਾਨੀ ਇੰਨਾ ਅੰਦਰੋਂ ਮਤਲਬ ਖੁਸ਼ੀ ਮਿਲਦੀ ਸੀ ਨਾ ਮੈਨੂੰ ਉਹ ਜ਼ਿਆਦਾ ਕਿ ਉਸ ਤੋਂ ਬਾਅਦ ਨਾਮ ਜਦ ਦਿੱਤਾ ਫਿਰ ਨਾਮ ਕਹਿੰਦੇ ਭਾਜੀ ਭਜਨ ਸਿੰਘ ਸੀਗੇ ਕਹਿੰਦੇ ਸੇਲਾ ਤੂੰ ਨਾਮ ਪੱਕਾ ਕਰਾ ਲਿਓ ਜੀ ਤੇ ਮੈਂ ਨਾਮ ਮੈਂ ਜਪਦੀ ਰਹੀ ਪਰ ਮੈਂ ਵਿੱਚ ਭੁੱਲ ਵੀ ਜਾਂਦੀ ਸੀ ਤਾਂ ਫਿਰ ਮੈਂ ਇਹਨੂੰ ਟੇਪ 'ਚ ਕਿਸੇ ਨੂੰ ਭਰ ਦਿੱਤਾ ਫਿਰ ਮੈਂ ਟੇਪ ਤੋਂ ਸਾਰਾ ਪੱਕਾ ਕੀਤਾ ਅੱਛਾ ਜੀ ਮਹਾਰਾਜਿਆਂ ਬਹੁਤ ਰਹਿਮਤਾ ਹੈ ਮਹਾਰਾਜਿਆਂ ਜਿन्हਿਆ ਰਹਿਮਤਾ ਮੇਰਤੇ ਹੋਈਆਂ ਮੈਂ ਤੁਸੀਂ ਸਭ ਤੇ ਮਹਾਰਾਜੀ ਦਾ ਸੁਪਾਣਾ ਕੀਤਾ ਸਭ ਦਾ ਹੀ ਸੁਪਾਣਾ ਕੀਤਾ ਫਿਰ ਇਸ ਤੋਂ ਬਾਅਦ ਮੈਂ ਤੈਨੂੰ ਦੇਖਿਆ ਤੁਸੀਂ ਯੂਨੀਫਾਰਮ ਪਾ ਕੇ ਡਿਊਟੀ ਕਰਦੇ ਹੁੰਦੇ ਸੀ ਫਿਰ ਇਹ ਯੂਨੀਫਾਰਮ ਦੀ ਬਖਸ਼ਿਸ਼ ਕਦੋਂ ਹੋਗੀ ਇਹ ਮਹਾਰਾਜ ਜੀ ਜਾਣ ਤੋਂ ਬਾਅਦ ਮੈਨੂੰ ਦਿੱਤੀ ਮਹਾਰਾਣੀ ਪਾਲੀ ਨੇ ਅੱਛਾ ਹਾਂ ਮਹਾਰਾਜ ਜੀ ਜਾਣ ਤੋਂ ਬਾਅਦ ਤੇ ਜਦੋਂ ਪਹਿਲਾਂ ਤੁਸੀਂ ਕਹਿੰਦੇ ਕਿ ਮਹਾਰਾਜ ਜੀ ਕੋ 86 ਆਏ ਤੇ ਮਹਾਰਾਜ ਜੀ ਨੇ ਸਾਰੇ ਕੰਮ ਸਵਾਰ ਦਿੱਤੇ ਕਰਜ਼ਬਾਰ ਠੀਕ ਹੋ ਗਿਆ ਕੀ ਤੁਹਾਡੇ ਮਨ 'ਚ ਕਦੀ ਇੱਛਾ ਹੋਈ ਕਿ ਹਾਂ ਵੀ ਜਿੱਦਾਂ ਹੁਣ ਸਾਰੇ ਸੇਵਕ ਕੋਈ ਨਾ ਕੋਈ ਕਹਿੰਦਾ ਉਹਨਾਂ ਦੀ ਭਾਵਨਾ ਦੇ ਮੁਤਾਬਕ ਉਹਨਾਂ ਨੂੰ ਦਰਸ਼ਨ ਹੋਏ ਜਾਂ ਉਹਨਾਂ ਨੂੰ ਆ ਰੂਪ ਦੇਖਿਆ ਕਿ ਕਦੀ ਤੁਹਾਡੇ ਮਨ 'ਚ ਵੀ ਇਦਾਂ ਹੋਇਆ ਜਾਂ ਤੁਹਾਡੇ ਨਾਲ ਬੀਤਿਆ ਮੈਨਾਂ ਤਾਂ ਬਹੁਤ ਮੈਨੇ ਜਦ ਮਹਾਰਾਜ ਨਾਮ ਦਿੱਤਾ ਸੀ ਨਾ ਤਾਂ ਮੈਨੂੰ ਮਹਾਰਾਜ ਕਹਿੰਦੇ ਸੀ ਅਸੀਂ ਤੁਹਾਨੂੰ ਇੱਕ ਵਾਰੀ ਮੈਨਣਾ ਤਿੰਨ ਤਿੰਨ ਮਹੀਨੇ ਤੁਸੀਂ ਨਾਮ ਜਪਣਾ 35 ਦਿਨ ਉੱਠ ਕੇ ਤੇ ਮੈਂ ਤੁਹਾਨੂੰ ਦਰਸ਼ਨ ਇੱਕ ਵਾਰੀ ਦੇਣੇ ਆ ਮੁੜ ਕੇ ਨਹੀਂ ਮੈਂ ਬਾਰ ਬਾਰ ਤੁਹਾਨੂੰ ਦਰਸ਼ਨ ਨਹੀਂ ਦੇਣੀ ਇੱਕੋ ਵਾਰੀ ਮਹਾਰਾਜ ਜੀ ਮੈਂ ਦਰਸ਼ਨ ਤੇ ਨਾਮ ਜਪਦੀ ਤੇ ਮੁੜ ਕੇ ਨਹੀਂ ਫੇ ਨਾਲ ਮਤਲਬ ਦਰਸ਼ਨ ਦਿੱਤੇ ਤਾਂ ਪਰ ਕੰਮ ਮੇਰੇ ਸਾਰੇ ਹੁੰਦੇ ਰਹੇ ਆ ਮੈਂ ਇੰਨਾ ਖੁਸ਼ ਹਾਂ ਮੈਂ ਇੰਨਾ ਹੈਪੀ ਆ ਨਾ ਬਹੁਤ ਜ਼ਿਆਦਾ ਤੇ 3615 ਦੀ ਹੋ ਗਈ ਆ ਮੈਂ ਜੀ ਮੇਰੇ ਸੇਰ ਦੇ ਤਾਂ ਮੈਂ ਸਾਰਿਆਂ ਨਾਲ ਫੇਰ ਮੈ ਜਾਣਾ ਤੁਰੀ ਫਿਰਦੀ ਆ ਇਹ ਉਹਦੀ ਰਹਿਮਤ ਹੈ ਉਹਦੇ ਸਿਮਰਨ ਹੈ ਤੁਹਾਡੀ ਲਗਨ ਹੈ ਤੁਹਾਡਾ ਵਿਸ਼ਵਾਸ ਹੈ ਨਹੀਂ ਤੇ ਐਸ ਉਮਰ ਚ ਲੋਕੀ ਦੋ ਦੋ ਸੋਟੀਆਂ ਫੜ ਕੇ ਤੁਰਦੇ ਆ ਹਾਂਜੀ ਹਾਂਜੀ ਅੱਛਾ ਇਹ ਦੱਸੋ ਫਿਰ ਮਹਾਰਾਜ ਜੀ ਤੇ ਬੁੱਧ ਦੇ ਬੁੱਧਵਾਰ ਆਪਣਾ ਸੌਥਾਲ ਜਾਇਆ ਕਰਦੇ ਸੀ ਠੀਕ ਹੈ ਹਾਂਜੀ ਤੇ ਆਪ ਜੀ ਵੀ ਸੌਥਾਲ Satsang ਸੁਣਨ ਜਾਇਆ ਕਰਦੇ ਸੀ ਹਾਂਜੀ ਜਦੋਂ ਹੈਪਨ ਵੀ ਹੋਇਆ ਮਹਾਰਾਜ ਨਾਲ ਅਸੀਂ ਕੋਲ ਬੈਠੇ ਸੀ ਮਹਾਰਾਜ ਉੱਤ ਸਤਸੰਗ ਕਰਕੇ ਨਾ ਤਲੇ ਗੱਦੀ ਤੇ ਬੈਠੇ ਸੀ ਆ ਕੇ ਤਾਂ ਅਸੀਂ ਉਹਨਾਂ ਦੇ ਕੋਲ ਹੀ ਬੈਠੇ ਸੀਗੇ ਜਿਸ ਤਰ੍ਹਾਂ ਬੈਠੇ ਸੀ ਤੇ ਉਹ ਦੋ ਬੰਦੇ ਆਏ ਅਸੀਂ ਕਿਹ ਪਤਾ ਨਹੀਂ ਉਹ ਮਹਾਰਾਜ ਨੂੰ ਗਾਲ ਕੱਢੀ ਬਹੁਤ ਵੱਡੀ ਸਾਰੀ ਅਸੀਂ ਕਿਹਾ ਪਾਤਲਾ ਜੀ ਤੇ ਹੱਕਾਂ ਵਾਲੀਆਂ ਨਹੀਂ ਉੱਤੇ ਸਾਡੇ ਪਿੱਛੇ ਫਿਰ ਅਸੀਂ ਮਹਾਰਾਜ ਦੇ ਨਾਲ ਹੀ ਛੇਰ ਤੇ ਬੈਠੇ ਸੀ ਕੋਲੀ ਜੀ ਅਸੀਂ ਕਿਹ ਬੰਦੇ ਪਾਤਲ ਹੋਗਾ ਜਦ ਦੇਖਿਆ ਸਹਾਰਾ ਜਦੋਂ ਨਾਲ ਗੋਲੀ ਮਾਰੀ ਸਿੱਧੀ ਲੱਗੀ ਨਹੀਂ ਕਿ ਪਿੱਛੋਂ ਦੀ ਮਾਰੀ ਸਹਾਰਾ ਦੇ ਗੋਲੀ ਲੱਗੀ ਨਹੀਂ ਤਾਂ ਨਹੀਂ ਸੀ ਪਰ ਇੰਦਾ ਹੱਥ ਨਾਲ ਆਸੇ ਆਪ ਦੇਖਿਆ ਇੰਦਾ ਹੱਥ ਨਾਲ ਪਿੱਛੇ ਕਰਦੇ ਅੱਛਾ ਉਹਨਾਂ ਨੇ ਮਹਾਰਾਜ ਜੀ ਦੇ ਸਾਹਮਣੇ ਆ ਕੇ ਚੇਰ ਤੇ ਬੈਠੇ ਆ ਸਾਹਮਣੇ ਗੋਲੀ ਮਾਰੀ ਪਰ ਮਹਾਰਾਜ ਜੀ ਨੇ ਹੱਥ ਨਾਲ ਇੰਦਾ ਝਾੜ ਤੱਕ ਮਹਾਰਾਜ ਦੇ ਕਿਤੇ ਗੋਲੀ ਨਹੀਂ ਵੱਜੀ ਲੱਗੀ ਨਹੀਂ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਿੱਛੇ ਆ ਕੇ ਦੁਬਾਰਾ ਮਾਰੀ ਮਾਰੀ ਉਹਨਾਂ ਹਾਂਜੀ ਤੇ ਜਿੱਦੋ ਇਹ ਹੋਇਆ ਕਿ ਤੁਸੀਂ ਮਹਾਰਾਜ ਵੱਲ ਦੇਖ ਰਹੇ ਸੀ ਕਿ ਮਹਾਰਾਜ ਉੱਠੇ ਮਹਾਰਾਜੀ ਦੌੜੇ ਜਾਂ ਮਹਾਰਾਜ ਰਾਮ ਨੁੱਥੇ ਬੈਠੇ ਰਹੇ ਬੈਠੇ ਸੀ ਕੋਈ ਦੌੜੇ ਨਹੀਂ ਕੋਈ ਨੱਠੇ ਨਹੀਂ ਬੈਠੇ ਸੀ ਉੱਥੇ ਬੈਠੇ ਨੇ ਚੁੱਪ ਕਰਕੇ ਮਹਾਰਾਜ ਇੱਕ ਉਦਣੀ ਜਿੱਦਣ ਹੈਪਨ ਹੋਇਆ ਇਹ ਆਪਣੇ ਆਫਿਸ ਵਿੱਚ 100th ਆਫਿਸ ਵਿੱਚ ਬੈਠੇ ਸੀ ਜੀ ਤੇ ਸਾਨੂੰ ਕਹਿੰਦੇ ਆ ਛੇਤੀ ਚੱਲੋ ਅੱਜ ਅਸੀਂ ਹਾਲ 10 ਵਜੇ ਬੇਲਾ ਕਰਨਾ ਤੇ ਅਸੀਂ ਕਿਹਾ ਅਸੀਂ ਤੇਰੇ ਨੂੰ ਅੱਗੇ ਵੀ ਕਰਦੇ ਆ ਵੀ ਸਾਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਕਹਿੰਦੇ ਛੇਤੀ ਚੱਲੋ ਅਸੀਂ ਹਾਲ 10 ਵਜੇ ਬੇਲਾ ਕਰ ਦੇਣਾ ਤੇ 10 ਵਜੇ ਹਾਲ ਦੇਲਾ ਹੋ ਗਿਆ ਸੀ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਸੀ ਗੋਲੀ ਮਾਰ ਕੇ ਮਹਾਰਾਜ ਤੇ ਤੇ ਉਸ ਦਿਨ ਸਵਾਲ ਜਵਾਬ ਹੋ ਰਹੇ ਸੀ ਕੁਝ ਮਹਾਰਾਜ ਦੇ ਨਾਲ ਕਿ ਮਹਾਰਾਜ ਜੀ ਤੁਹਾਡਾ ਆਖਰੀ ਸਮਾਂ ਕਿੱਦਾਂ ਹੋਏਗਾ ਕਿੱਥੇ ਹੋਏਗਾ ਇਦਾਂ ਵੀ ਹੋਇਆ ਸੀ ਉਸ ਦਿਨ ਕਿਸੇ ਨੇ ਹਾਂਜੀ ਹਾਂਜੀ ਉਹ ਵੀ ਹਾਂਜੀ ਉਹ ਵੀ ਪੁੱਛਿਆ ਸੀ ਉਹਨਾਂ ਨੇ ਤਿੰਨ ਦੇ ਸਮਾਹ ਰਾਜ ਜੀ ਕਿ ਦੰਦ ਦਾ ਮਹਾਰਾਜ ਕਹਿੰਦੇ ਹੁਣੇ ਲੱਗ ਜਾਊਗਾ ਤੁਹਾਨੂੰ ਪਤਾ ਦੇਖਦੇ ਰਹਾ ਤੁਹਾਡੀਆਂ ਅੱਖਾਂ ਸਾਹਮਣੇ ਪਹੁੰਚ ਹੋ ਜਾਏਗਾ ਉਸ ਦਿਨ ਦੇਖ ਲਓ ਮਹਾਰਾਜ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਡੀਆਂ ਅੱਖਾਂ ਸਾਹਮਣੇ ਪਤਾ ਲੱਗ ਜਾਏਗਾ ਆਖਰੀ ਸਮਾਂ ਹੈ ਹਾਂ ਜੀ ਹਾਂ ਜੀ ਪਰ ਕਿਸੇ ਨੂੰ ਇਹ ਇਲਮ ਹੀ ਨਹੀਂ ਸੀਗਾ ਕਿ ਇਹ ਅੱਜ ਹੀ ਸਮਾਂ ਆਉਣ ਵਾਲਾ ਹੈ ਨਹੀਂ ਪਰ ਮਹਾਰਾਜ ਕਹਿੰਦੇ ਸੀਗੇ ਉਸ ਦੇ ਵਿੱਚ ਵੀ ਕਹਿ ਕੇ ਗਏ ਡੇਰੇ ਵੀ ਕਹਿੰਦੇ ਕਹਿ ਕੇ ਗਏ ਸੀਗੇ ਵੀ ਅਸੀਂ ਇਕਿਸ ਗRAND ਦੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅੱਜ ਕੋਚਾ ਖੜੀਆਂ ਕਰ ਲਵੋ ਸਾਨੂੰ ਉਹਨਾਂ ਨੇ ਕਿਹਾ ਉਹ ਤੋਂ ਬਾਅਦ ਮੈਂ ਕੋਚਾ ਇੱਥੇ ਨਹੀਂ ਤੁਹਾਡੀ ਜ਼ਿੰਮੇਵਾਰੀ ਲੈਣੀ ਮਹਾਰਾਜ ਇੱਥੇ ਕਹੀ ਸੀ ਗੱਲੇ ਉਹਦਨ ਤੇ ਡੇਰੇ ਜੀ ਮੈਨੂੰ ਲਾਸਟ ਮੌਕਾ ਮਿਲਿਆ ਸੀਗਾ ਕਿ ਮੈਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਅੰਦਰ ਲੈ ਕੇ ਗਿਆ ਫਿਰ ਉਹ ਟੋਲਟ ਗਏ ਮੈਂ ਉਹਨਾਂ ਦੇ ਨਾਲ ਟਾਵਲ ਲੈ ਕੇ ਗਿਆ ਫਿਰ ਅਸੀਂ ਟੋਲਟ 'ਚ ਮਹਾਰਾਜ ਜੀ ਅੰਦਰ ਬੈਠੇ ਐ ਟੋਲਟ ਮੈਂ ਬਾਹਰ ਬੈਠਾ ਸਾਹਮਣੇ ਗੱਲਾਂ ਕਰਦਾ ਪਿਆ ਤੇ ਮਹਾਰਾਜੀ ਕਹਿ ਰਿਹਾ ਕਹਿੰਦੇ ਹੱਸਣ ਲੱਪੇ ਤੇ ਮੈਂ ਕਿਹਾ ਮਹਾਰਾਜੀ ਕੀ ਹੋਇਆ ਕਹਿੰਦੇ ਯਾਰ ਮੈਂ ਤਾਂ ਹੱਸਦਾ ਕਿ ਵੀ ਯਾਰ ਮੇਰੇ ਕੋਲ ਮੇਰਾ ਕੋਈ ਵੀ 1 ਮਿੰਟ ਵੀ ਮੇਰਾ ਆਪਣਾ ਨਹੀਂ ਮੈਂ ਕਿਹਾ ਮਹਾਰਾਜੀ ਸਾਰਾ ਤੁਹਾਡਾ ਸਮਾਂ ਜੋ ਮਰਜ਼ੀ ਕਰ ਲਓ ਕਹਿੰਦੇ ਦੇਖ ਇੱਕ ਆਮ ਆਦਮੀ ਵੀ ਟੋਲਟ ਜਾਂਦਾ ਤੇ ਕੱਲਾ ਜਾਂਦਾ ਕਹਿੰਦੇ ਮੈਂ ਟੋਲਟ ਬੈਠਾ ਤੂੰ ਸਾਹਮਣੇ ਖੜਾ ਹੂੰ ਉਹ ਜਿਹੜਾ ਟੋਲੋਟ ਦਾ ਡੋਰ ਸੀ ਡੇਰੇ ਦਾ ਨਾ ਉਹ ਖਰਾਬ ਸੀਗਾ ਉਹ ਅੱਧਾ ਬੰਦ ਹੁੰਦਾ ਸੀ ਅੱਧਾ ਖੁੱਲਾ ਰਹਿੰਦਾ ਸੀ ਮੈਂ ਸਾਹਮਣੇ ਟਾਵਰ ਲੈ ਕੇ ਗੱਲਾਂ ਕਰੀ ਜਾਂਦਾ ਵਾ ਮੈਨੂੰ ਬੜੀ ਸ਼ਰਮ ਆਈ ਮੈਂ ਕਹਾਂ ਮਹਾਰਾਜ ਜੀ ਮੈਂ ਚੱਲਾਂ ਕਹਿੰਦੇ ਨਹੀਂ ਨਹੀਂ ਖੜਾ ਰਹਿ ਖੜਾ ਰਹਿ ਸੋ ਉਹ ਦਿਨ ਮੈਨੂੰ ਲਾਸਟ ਉਹਨਾਂ ਦੇ ਨਾਲ ਇਹ ਮੌਕਾ ਮਿਲਿਆ ਮੈਂ ਕਹਾਂ ਮਹਾਰਾਜ ਜੀ ਅੱਜ ਮੈਂ ਤੁਹਾਡੇ ਨਾਲ ਨਹੀਂ ਜਾਣਾ ਕੱਲ ਜਾਵਾਂਗਾ ਕਿਉਂਕਿ ਵੀਰਵਾਰ ਕੀਰਤਨ ਹੁੰਦਾ ਸੀ ਕਹਿੰਦੇ ਤੇਰੀ ਮਰਜ਼ੀ ਤੇ ਉਹ ਦਿਨ ਹੀ ਬਸ ਦੋ ਤਿੰਨ ਗੱਲਾਂ ਹੋਈਆਂ ਹੋਲ ਜਿਵੇਂ ਉਹਨਾਂ ਦੇ ਨਾਲ ਆਇਆ ਉਹਨਾਂ ਨੂੰ ਨਾਲ ਤੋਰਿਆ ਮੇਰਾ ਬੇਟਾ ਜਿਹਦੀ ਹੁਣ ਸ਼ਾਦੀ ਹੋਈ ਹੈ ਰਪਿੰਦਰ ਦੀ ਉਹਨੂੰ ਆਣਾ ਚੁੱਕਿਆ ਉਹਦੀਆਂ ਗੱਲਾਂ ਪੁੱਟੀਆਂ ਤੇ ਸਾਰਿਆਂ ਨੂੰ ਕਹਿੰਦੇ ਓਕੇ ਫੇ ਹੁਣ ਫੇਰ ਮਿਲਾਂਗੇ ਕਦੀ ਬਸ ਇਹ ਕਿਹਾ ਉਸ ਦਿਨ ਉਹਨਾਂ ਨੇ ਤੇ ਤੁਸੀਂ ਉਸ ਦਿਨ ਦੀ ਗੱਲ ਕਰ ਰਹੇ ਹੋ ਕਿ ਉਸ ਦਿਨ ਜਦੋਂ ਬੈਠੇ ਸੀਗੇ ਤੇ ਬੜੇ ਜਿਹਨੇ ਸਵਾਲ ਜਵਾਬ ਕਰਦੇ ਸੀ ਇੱਕ ਮਾਈ ਜੀ ਇੰਡੀਆ ਜਾਵੋ ਤੇ ਇੰਡੀਆ ਪਹਿਲੋਂ ਕਿੱਥੇ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਹਾਂਜੀ ਤੁਸੀਂ ਵੀ ਕੋਈ ਸਵਾਲ ਕੀਤਾ ਉਸ ਦਿਨ ਕੋਈ ਕਿ ਨਹੀਂ ਨਹੀਂ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਂ ਕੋਈ ਸਵਾਲ ਨਹੀਂ ਸੀ ਕੀਤਾ ਮੈਂ ਤਾਂ ਬੋਲਦੀ ਨਹੀਂ ਸੀ ਮੈਂ ਚੁੱਪ ਕਰਕੇ ਬੈਠੀ ਰਹਿੰਦੀ ਹੁੰਦੀ ਸੀ ਮਹਾਰਾਜ ਗੱਦੀ ਤੋਤੇ ਕੇ ਸਾਸਾਂ ਕਰਕੇ ਆਣਾ ਮੇਰੇ ਕੋਲ ਕਣ ਮਾਤਾ ਕਿੱਦਾਂ ਠੀਕ ਆ ਮੈਂ ਕਹਣ ਹਾਂ ਮਾਤਾ ਜੀ ਠੀਕ ਆ ਜੀ ਮਹਾਰਾਜ ਜੀ ਨਾ ਬਹੁਤ ਗੱਲਾਂ ਹੁ ਚੇਤਾ ਵੀ ਨਹੀਂ ਗਾ ਮਹਾਰਾਜ ਜੀ ਗੱਲਾਂ ਬਹੁਤ ਆ ਕਹਿੰਦੇ ਸੀ ਲੜਕੀ ਮੇਰੀ ਛੋਟੀ ਕਹਿੰਦੀ ਸੀ ਮਹਾਰਾਜ ਜੀ ਮੈਂ ਤੁਹਾਡੀ ਗੱਡੀ ਚ ਜਾਣਾ ਉਹ ਕਹਿੰਦੇ ਚੰਗਾ ਚਲੋ ਬਾਹਰ ਆਫਿਸ ਦੇ ਗਾ ਲਓ ਇਹ ਜਦੋਂ ਅਸੀਂ ਜਦੋਂ ਇਹ ਹੈਪਨ ਹੋਇਆ ਤੋ ਕਹਿੰਦੇ ਚੰਗਾ ਉਹਨਾਂ ਨੂੰ ਸੇਵ ਕਰਦੇ ਆ ਗੁੱਡੀ ਨੂੰ ਨਾਲ ਲੈ ਕੇ ਚੱਲੋ ਉੱਥੇ ਤੇ ਉੱਥੇ ਗਏ ਲੈ ਕੇ ਤੇ ਸਾਰੇ ਬੈਠੇ ਸੀਗੇ ਜੀ ਕਾਫੀ ਗੱਲਾਂ ਲੁਕਾ ਕਾਫੀ ਕੀਤੀਆਂ ਵੈਸੀ ਗੱਲਾਂ ਜੀ ਤੇ ਅਸੀਂ ਬਿਲਕੁਲ ਲੱਗੇ ਬੈਠੇ ਸੀਗੇ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਹਾਂਜੀ ਹਾਂਜੀ ਮੇਰੀਆਂ ਗੁੱਡੀਆਂ ਚਾਰੇ ਜਾਂਦੇ ਨਾ ਸੀ ਜਾਂ ਕਿਉਂਕਿ ਉਹਨਾਂ ਦੇ ਡੈਡੀ ਠੀਕ ਨਹੀਂ ਸੀ ਰਹਿੰਦੇ ਜੀ ਇੱਕ ਵਾਰੀ ਆਬਸ ਵਿੱਚ ਗਏ ਸੀ ਤਾਂ ਕਹਿੰਦਿਆਂ ਗੁੱਡੀਆਂ ਕਹਿੰਦੀਆਂ ਮਹਾਰਾਜ ਜੀ ਤੁਸੀਂ ਸਾਰਿਆਂ ਸਾਨੂੰ ਚੀਜ਼ ਕੀਤਾ ਸਰ ਡੈਡੀ ਨੂੰ ਕਿਉਂ ਨਹੀਂ ਕੀਤਾ ਉਹ ਕਹਿੰਦੇ ਅਸੀਂ ਨਹੀਂ ਕਰਨਾ ਕਰਵਾ ਦੇਵਾਂਗੇ ਅੱਛਾ ਜੀ ਹਾਂ ਅਸੀਂ ਨਹੀਂ ਕਰਨਾ ਅਸੀਂ ਕਰਵਾ ਦੇਵਾਂਗੇ ਤੇ ਅਸੀਂ ਮੁੰਡੀ ਮੇਰੀ ਕਹਿੰਦੀ ਮਹਾਰਾਜ ਜੀ ਆਉਂਦੇ ਨਹੀਂ ਹੈਗੇ ਕਹਿੰਦਾ ਇੱਥੇ ਬੈਠੇ ਰਹਾ 10 ਮਿੰਟ ਹੋਣੇ ਆਇਆ ਤੁਹਾਡਾ ਡੈਡੀ ਅਸੀਂ ਉੱਥੇ ਬੈਠੀਆਂ ਆ ਗਏ ਮਹਾਰਾਜ ਕੋਲ ਅੰਦਰ ਆ ਉਸ ਵਿੱਚ ਤੇ ਉਹਨਾਂ ਦੇ ਡੈਡੀ ਆਫਿਸ ਵਿੱਚ ਆ ਗਏ ਵਾਹ ਵਾਹ ਤੇ ਸ਼ਰਾਬ ਪੀਤੀ ਹੋਈ ਸੀ ਮੂੰਹ ਸਰ ਸ਼ੈਲ ਹੋਇਆ ਸੀ ਉਹਨਾਂ ਦਾ ਬਹੁਤ ਜ਼ਿਆਦਾ ਕਹਿੰਦੇ ਇਹ ਲਓ ਬੁੱਤਰ ਤੁਹਾਡਾ ਡੈਡੀ ਆ ਗਿਆ ਮਹਾਰਾਜ ਜੀ ਫਿਰ ਕਹਿੰਦੇ ਕਹਿੰਦੇ ਕੀ ਗੱਲ ਆ ਬਈ ਤੁਹਾਡੇ ਮੂੰਹ ਤੇ ਕੀ ਹੋਇਆ ਥੋੜਾ ਨਾ ਦਿਮਾਗੀ ਨੌਕਸ ਵੀ ਸਿਗਾ ਕਹਿੰਦੇ ਮੈਂ ਕਹਿੰਦਾ ਪਾਰਕ ਵਿੱਚ ਆਉਂਦਾ ਸੀਗਾ ਮੈਨੂੰ ਉੱਥੇ ਸ਼ਾਰਟ ਪੈ ਗਿਆ ਉਹਨੂੰ ਥੋੜਾ ਦਿਮਾਗੀ ਨੌਕਸ ਸੀਗਾ ਨਾ ਜੀ ਜੀ ਮਹਾਰਾਜ ਜੀ ਕਹਿੰਦੇ ਅੱਛਾ ਤੇਰੇ ਬਹੁਤ ਸੱਟਾਂ ਲੱਗੀਆਂ ਕਿੱਦਾਂ ਲੱਗੀਆਂ ਕਹਿੰਦੇ ਐਦਾਂ ਕਰਕੇ ਹੋਈ ਮੈਂ ਪਾਰਕ ਚਾਉਂਦਾ ਸੀ ਯਾਨੀ ਦਿਮਾਗੀ ਨੌਕਸ ਵੀ ਸੀਗਾ ਨਾ ਉਹਨਾਂ ਦੇ ਜੀ ਜੀ ਤਾਂ ਫਿਰ ਉਹਨਾਂ ਨੇ ਕਿਹਾ ਚਲੋ ਕੋਈ ਨਹੀਂ ਜਾਓ ਠੀਕ ਹੋ ਜਾਓਗੇ ਕਹਿੰਦੇ ਅਸੀਂ ਨਹੀਂ ਮੈਂ ਤਾਂ ਛੋਟੀ ਗੁੱਡੀ ਕਹਿੰਦੀ ਛੋਟੀ ਗੁੱਡੀ ਦਾ ਬਹੁਤ ਕਾਰਦੇ ਹੁੰਦੇ ਸੀ ਮਹਾਰਾਜ ਇਹਨਾਂ ਮਹਾਰਾਜ ਜੀ ਤੁਸੀਂ ਕਿਉਂ ਨਹੀਂ ਠੀਕ ਕਰਦੇ ਕਹਿੰਦੀ ਨਹੀਂ ਕਰਨਾ ਅਸੀਂ ਨਹੀਂ ਕਰਨਾ ਕਰਵਾ ਦੇਵਾਂਗੇ ਵਾਹ ਬਹੁਤ ਮਹਾਰਾਜ ਜੀ ਇਹ ਤੁਹਾਡਾ ਦੇਖੋ ਉਹ ਜੋ ਚਾਹਦੇ ਸੀ ਉਹ ਕਰ ਦਿੰਦੇ ਸੀ ਜੋ ਚਾਹਦੇ ਸੀ ਉਹ ਕਰ ਸਕਦੇ ਸੀਗੇ ਠੀਕ ਕਰਦੇ ਵੀ ਸੀਗੇ ਠੀਕ ਹੈ ਦੇਖੋ ਇਹ ਜੇ ਕੋਈ ਕਾਰਨ ਸੀਗਾ ਉਹ ਕਹਿੰਦੇ ਅਸੀਂ ਠੀਕ ਨਹੀਂ ਕਰਨਾ ਅਜੇ ਕੀ ਪ੍ਰੋਬਲਮ ਸੀ ਉਹ ਜਾਣਦੇ ਸੀ ਹਾਂਜੀ ਉਹ ਜਾਣਦੇ ਬਿਲਕੁਲ ਹੁਣ ਦੇਖੋ ਉਹ ਦਿਨ ਲਾਸਟ ਦਿਨ ਤੇ ਉਹਨਾਂ ਨੂੰ ਪਤਾ ਵੀ ਸੀਗਾ ਆਹੀ ਜਾ ਰਹੇ ਆ ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਤੇ ਕੋਈ ਸ਼ਿਕਨ ਨਹੀਂ ਕੋ ਕਿਸੇ ਨੂੰ ਕਹਾਂ ਨਹੀਂ ਕਹੀ ਜਾ ਰਹੇ ਆ ਸਭ ਕੁਝ ਉਦਾਂ ਹੀ ਕੀਤਾ ਉਦਾਂ ਹੀ ਕਰਦੇ ਰਹੇ ਕਿ ਜਿੱਦਾਂ ਇੱਕ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੇਂਆਂੀਆਂ ਗੱਡੀਆਂ ਰੋਕ ਦਿੱਤੀਆਂ ਰਾਹ ਵਿੱਚ ਗੱਡੀਆਂ ਨਹੀਂ ਚੱਲਣ ਦਿੱਤੀਆਂ ਤੇਂਆਂ ਸੇਵਕਾਂ ਨੂੰ ਪਹੁੰਚਣ ਨਹੀਂ ਦਿੱਤਾ ਟਾਈਮ ਤੇ ਉੱਥੇ ਤੇ ਸੇਵਕ ਕਹਿੰਦੇ ਸੀ ਸਾਨੂੰ ਸਾਡੀ ਗੱਡੀ ਖਰਾਬ ਹੋ ਗਈ ਸਾਨੂੰ ਪਹੁੰਚਣ ਨਹੀਂ ਦਿੱਤਾ ਮਹਾਰਾਜ ਜੀ ਨੇ ਖੋਦੀ ਉਹਨਾਂ ਨੂੰ ਬੰਦ ਕਰ ਦਿੱਤਾ ਸੀ ਰਸਤੇ ਵਿੱਚ ਵੀ ਤੁਸੀਂ ਆਉਣਾ ਨਹੀਂ ਦੇਖੋ ਹੈ ਇਦਾਂ ਨਹੀਂ ਦੱਲਣਾ ਕੋਈ ਨਹੀਂ ਸੀ ਜਦੋਂ ਮਹਾਰਾਜ ਜੀ ਵੈਨਸਡੇ ਤੇ ਵੈਨਸਡੇ ਉੱਥੇ ਆਉਂਦੇ ਸੀ ਤੇ ਕਾਫੀ ਸੌਥਲ ਕਾਫੀ ਕੁਛ ਕਰਦੇ ਸੀ ਨਾ ਕੋਤਕ ਕਹਿ ਲਓ ਆਪਣੀਆਂ ਖੇਡਾਂ ਕਰਦੇ ਰਹਿੰਦੇ ਸੀ ਤੇ ਤੁਹਾਨੂੰ ਯਾਦ ਆ ਕਿ ਉੱਥੇ ਕਹਿੰਦੇ ਹੁੰਦੇ ਸੀ ਬੱਚਿਆਂ ਦੇ ਜਾਂ ਕਿਸੇ ਦੇ ਕੱਪੜੇ ਲਵਾ ਕੇ ਵੀ ਇੱਕ ਦੂਜੇ ਦੇ ਉੱਤੇ ਫਰਾਦ ਦੇ ਦਿੰਦੇ ਜਿਹਨੂੰ ਕੋਈ ਤਕਲੀਫ ਹੁੰਦੀ ਸੀ ਤਾਂ ਠੀਕ ਹੋ ਜਾਂਦਾ ਸੀ ਹਾਂਜੀ ਹਾਂਜੀ ਸਾਡੇ ਸਾਹਮਣੇ ਹੋਈਆਂ ਇਹ ਗੱਲਾਂ ਹਾਂਜੀ ਉਹ ਪੰਬਰਿਆ ਦੇ ਮੁੰਡੇ ਵੀ ਉਹ ਕਹਿੰਦੇ ਹੁੰਦੇ ਸੀ ਮਹਾਰਾਜੀ ਕੱਪਾ ਤੌਲੀਆ ਜੀ ਪਤਾ ਨਹੀਂ ਐਵੇਂ ਹੀ ਕਰ ਦਿੰਦੇ ਉਹ ਉਹਨਾਂ ਦਾ ਮੁੰਡੇ ਦਾ ਟੀ-ਸ਼ਰਟ ਲਾ ਕੇ ਦਓ ਕਿਸੇ ਦੇ ਪੇਰ ਦੇ ਤੇ ਠੀਕ ਹੋ ਗਿਆ ਸੀ ਜੋ ਉਹਦੇ ਮੁੰਡੇ ਲਈ ਆਪਣੀ ਟੀ-ਸ਼ਰਟ ਲਾ ਤੇ ਉਹਨਾਂ ਦੇ ਫੇਰ ਦੇ ਜਿਹੜਾ ਠੀਕ ਨਹੀਂ ਹੈਗਾ ਤੇ ਉਹ ਠੀਕ ਹੋ ਗਿਆ ਹਾਂ ਹਾਂਜੀ ਹਾਂਜੀ ਬਾਕੀ ਮਹਾਰਾਜ ਦੀਆਂ ਗੱਲਾਂ ਹੁਣ ਯਾਦ ਵੀ ਨਹੀਂ ਆਉਨੀਆਂ ਮਹਾਰਾਜ ਦੀਆਂ ਗੱਲਾਂ ਬਹੁਤ ਸਾਰੀਆਂ ਬੜੀਆਂ ਰਹਿਮ ਤਾਂ ਬਹੁਤ ਆ ਹੁਣ ਵੀ ਬਹੁਤ ਆ ਹੋਰ ਵੀ ਤੁਸੀਂ ਮੰਗੋ ਕਿ ਜੋ ਮੰਗਦੇ ਹੋ ਪੂਰਾ ਹੁੰਦਾ ਤੁਸੀਂ ਅਰਦਾਸ ਕਰੋ ਮਹਾਰਾਜ ਦੀ ਫੋਟੋ ਦੇ ਮਹਰੇ ਖੜੇ ਹੋ ਕੇ ਮੰਗੋ ਪੂਰੀ ਹੁੰਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ ਕਿ ਮਹਾਰਾਜ ਤੋਂ ਬਾਅਦ ਕਈ ਡਿਸਰਟਡ ਹੋ ਗਏ ਜਾਂ ਕਈ ਡੋਲ ਗਏ ਜਾਂ ਡੋਲਨ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਲੱਗਦਾ ਜੇ ਮਹਾਰਾਜ ਚਲੇ ਗਏ ਹੁਣ ਕੌਣ ਕੀ ਕਰੇਗਾ ਹੁਣ ਮੇਰੀ ਕਿਦਾਂ ਗੱਲ ਪੂਰੀ ਹੋਏਗੀ ਉਹ ਤਾਂ ਆਪਣੇ ਲੋਕਾਂ ਨੇ ਬਹੁਤ ਕੁਝ ਕਿਹਾ ਸੀਗਾ ਉਹ ਤਾਂ ਫੋਟੋਆਂ ਵੀ ਚੱਕ ਦਿੱਤਨਾ ਸੀ ਉਹ ਤਾਂ ਡਰਦੇ ਸੀ ਕਿ ਸਾਨੂੰ ਫਲਾਣੇ ਮਾਰ ਦੇਣਗੇ ਉਹ ਕਰ ਦੇਣ ਕਿ ਅਸੀਂ ਨਹੀਂ ਦਰੇ ਅਸੀਂ ਤਰਕ ਨਹੀਂ ਲਾ ਛੱਡਿਆ ਤਰਕ ਲਾਇਆ ਸਾਨੂੰ ਇਹ ਵੀ ਕਹਿੰਦੇ ਹੁੰਦੇ ਸੀ ਇਹ ਤਰਕ ਲਾਈ ਫਿਰਦੀ ਆ ਇਹ ਫਲਾਣਾ ਬਣਾ ਲਿਆ ਇਹ ਆਪਣਾ ਪੇ ਛੱਡ ਕੇ ਆਹ ਕਰ ਲਿਆ ਬੜਾ ਕੁਝ ਬੋਲਦੇ ਹੁੰਦੇ ਸੀ ਤੇ ਮੈਂ ਮਹਾਰਾਜ ਜੀ ਨੂੰ ਦੱਸਿਆ ਮੈਂ ਕਿ ਮਹਾਰਾਜ ਜੀ ਮੈਨੂੰ ਇਦਾਂ ਬੋਲਦੇ ਆ ਕਹਿਣਾ ਚੁੱਪ ਕਰ ਰਿਹਾ ਕਰ ਕੋਈ ਗੱਲ ਨਹੀਂ ਤੁਸੀਂ ਕਹਿਣੀ ਉਹਨਾਂ ਨੂੰ ਕੋ ਕੰਮ ਸੇ ਕੰਮ ਸਾਡੀ ਮਹਿਲਤਾ ਤੋਂ ਆ ਤੋਲਾਂ ਦੇ ਤੁਸੀਂ ਨਹੀਂ ਕਹਿਣਾ ਕੁਝ ਵਾ ਮੈਂ ਕਿਹਾ ਮਹਾਰਾਜ ਜੀ ਮੈਨੂੰ ਦੁੱਖ ਬਹੁਤ ਲੱਗਦਾ ਜਦੋਂ ਮੈਨੂੰ ਕੁਝ ਕਹਿੰਦੇ ਆ ਕਹਿਣਾ ਕੋਈ ਗੱਲ ਨਹੀਂ ਤੈਨੂੰ ਦੁੱਖ ਨਹੀਂ ਲੱਗਣਾ ਚਾਹੀਦਾ ਸੋਕ ਤੂੰ ਕਿਹਾ ਕਰ ਸਾਡੀ ਮਹਿਲਤਾ ਤੋਂ ਹੋ ਜਵੇ ਉਹਾਰੇ ਕਰਮ ਮਾਰੇ ਆ ਉਹ ਸਾਡੀ ਮਹਿਲਤ ਹੁੰਦੇ ਆ ਇਹ ਬਿਲਕੁਲ ਠੀਕ ਹੈ ਮਹਾਰਾਜ ਜੀ ਕਹਿੰਦੇ ਸੀ ਕਿ ਜਿਹੜੇ ਨਿੰਦਿਆ ਕਰਦੇ ਆ ਨਾ ਉਹ ਤੁਹਾਡੀ ਮਹਿਲਤ ਹੁੰਦੇ ਆ ਸਗੋਂ ਉਹਨਾਂ ਨੂੰ ਕਰਨ ਦਿਓ ਉਹ ਕਹਿੰਦੇ ਉਹਨੂੰ ਕਰਨ ਦਿਆ ਕਰੋ ਕੋਤ ਉਹ ਤੁਹਾਡੇ ਕੱਪੜੇ ਮੈਲਿਆਂ ਤੇ ਸਾਬਣ ਲਾਉਂਦੇ ਆ ਤੁਹਾਡੇ ਜਿਹੜੇ ਬਣਾ ਕੀਤੇ ਉਹਨਾਂ ਨੂੰ ਧੁੰਦੇ ਆ ਰਹਿ ਗਈ ਗੱਲ ਤਿਲਕ ਦੀ ਤੇ ਭੈਣ ਜੀ ਉਹ ਤੇ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਮੇਰੇ ਬਣ ਗਏ ਹੋ ਤੇ ਮੱਥੇ ਤਿਲਕ ਲਾਓ ਉਹ ਕਹਿੰਦੇ ਜਿੰਦਿਆਂ ਵੀ ਤੇ ਮਰ ਕੇ ਵੀ ਕਿ ਵੀ ਤੁਸੀਂ ਤਿਲਕ ਲਾਓ ਕਿ ਤਿਲਕ ਤੋਂ ਬਿਨਾ ਕੁਛ ਨਹੀਂ ਜੇ ਤੁਸੀਂ ਮੈਨੂੰ ਖੁਸ਼ੀ ਦੇਖਣਾ ਚਾਹੁੰਦੇ ਹੋ ਆਪਣੇ ਮੱਥੇ ਤੇ ਤਿਲਕ ਲਾਓ ਤੇ ਆਪਣੇ بڑے ਬੰਦੇ ਕੀ ਕਰਦੇ ਸੀ ਜਦੋਂ satsang ਹੋਣਾ ਉਹਦੋਂ ਤਿਲਕ ਲਾ ਕੇ ਮਹਾਰਾਜ ਕੋਲ ਚਲ ਜਾਣਾ ਤੇ ਬਾਅਦ ਚ ਕਦੇ ਤਿਲਕ ਲਾਣਾ ਹੀ ਨਹੀਂ ਤੇ ਕਹਿੰਦੇ ਸੀ ਉਹ ਜਾਨੀ ਜਾਨ ਤੇ ਜਾਨੀ ਜਾਨ ਨੂੰ ਸਭ ਕੁਝ ਪਤਾ ਹੈ ਉਹ ਅੰਦਰ ਦੀ ਬਾਹਰ ਦੀ ਸਾਰੀ ਬਿਰਤੀ ਜਾਣਦਾ ਹੈ ਜਾਣਦੇ ਸੀ ਜਾਣਦੇ ਸੀ ਸਭ ਜਾਣਦੇ ਸੀ ਉਹ ਤਾਂ ਹੂੰ ਬਹੁਤ ਮਹਾਰਾਜ ਦੀਆਂ ਗੱਲਾਂ ਤਾਂ ਬਹੁਤ ਆ ਮੈਂ ਨਾ ਮਹਾਰਾਜ ਨੇ ਜਦ ਚਰਨ ਪਾਉਣ ਆਉਣਾ ਸੀ ਨਾ ਘਰ ਜੀ ਤੇ ਕੋਲ ਆਲ ਹੁੰਦਾ ਸੀ ਉਹ ਕੋਲ ਨਹੀਂ ਮੈਂ ਕਿਹਾ ਮਹਾਰਾਜ ਨੂੰ ਸਰ ਚਰਨ ਪਾਉਣ ਆਉਣ ਘਰ ਤੇ ਇੰਜ ਠੀਕ ਆ ਮਹਾਰਾਜ ਚਰਨ ਪਾਉਣ ਆਏ ਜੀ ਅਸੀਂ ਸਾਰੇ ਪਕੌੜੇ ਮਠੀਆਂ ਸਮੋਸੇ ਬਣਾਏ ਸਾਰਾ ਦਿਨ ਲੱਗੀਆਂ ਰਹੀਆਂ ਤਿੰਨ ਚਾਰ ਜਨਾਨੀਆਂ ਦਾ ਘਰ ਦਾ ਕੰਮ ਕਰਨ ਲੇਡੀਆਂ ਦਾ ਸਾਡੀਆਂ ਆਪਣੀ ਸੇਵਕ ਜੀ ਮਹਾਰਾਜ ਸਾਹਿਬ ਨੂੰ ਆਏ ਕਹਿੰਦੇ ਮਾਤਾ ਕਿੱਦਾਂ ਠੀਕ ਆ ਮੈਂ ਕਹਾਂ ਹਾਂਜੀ ਮਹਾਰਾਜ ਜੀ ਠੀਕ ਆ ਮੈਂ ਤੇਰ ਚੋ ਐ ਅੰਦਰ ਲਗਾਏ ਤਾਂ ਕਹਿੰਦੇ ਚੌਲ ਲਿਆਓ 2 ਮਿੰਟ ਬੈਠੇ ਸਾਰੇ ਇਦਾਂ ਫਿਰੇ ਫੁਰੇ ਕਹਿੰਦੇ ਚੌਲ ਲਿਆਓ ਚੌਲ ਮੈਂ ਪਹਿਲਾਂ ਹੀ ਪਾਤੀ ਰੱਖੋ ਐ ਸੀ ਤੇ ਚੌਲਾਂ ਦਾ ਸਿੱਟਾ ਦੇ ਕੇ ਤਾਂ ਚਲੇ ਗਏ ਤੇ ਆਪਣੇ ਮਾਲਕੂ ਤੇ ਨਛੱਤਰ ਦੋਵੇਂ ਆਜਾ ਉਹਨਾਂ ਨੂੰ ਪਾ ਗਏ ਕਹਿੰਦੇ ਤੁਸੀਂ ਇੱਥੇ ਕਾਏ ਚਲੋ ਉੱਥੇ ਤੁਸੀਂ ਉੱਥੇ ਆਪਣੇ ਗੱਲ ਦੇ ਘਰ ਚਲੋ ਅਸੀਂ ਉੱਥੇ ਆ ਜਾਣਾ ਤੇ ਮਹਾਰਾਜ ਜੀ ਚਲੇ ਗਏ ਤਾਂ ਮੈਨੂੰ ਪੜ ਗਿਆ ਚੇਤਾ ਦਸਤਾਰ ਦੇਣ ਦਾ ਸੇਵਾ ਦੇਣ ਦਾ ਤਾਂ ਮੈਂ ਕਿਹਾ ਮਹਾਰਾਜ ਨਾ ਕੁਛ ਕਰਦਾ ਕਹਿੰਦੇ ਪਹਿਲੀ ਵਾਰ ਹੀ ਆਉਂਦੇ ਅਸੀਂ ਖਾਂਦੇ ਨਹੀਂ ਕੁਛ ਵੀ ਇਹ ਤਾਂ ਠੀਕ ਆ ਮਹਾਰਾਜ ਜਦੋਂ ਫਿਰ ਉੱਥੇ ਚਲੇ ਗਏ ਗੱਲ ਕੇ ਘਰ ਮੈਂ ਇਥੇ ਗਈ ਬਗਰੋ ਕਹਿੰਦੇ ਮਾਤਾ ਸਵੇਰ ਜੀ ਲੱਗੀ ਹੈ ਆਪਣੇ ਘਰ ਇੰਨਾ ਸਮਾਨ ਬਣਾਉਣ ਸਮੋਸੇ ਪਕੌੜੇ ਉਹ ਚੱਕ ਕੇ ਲਿਆਓ ਉਹ ਵਰਤਾਓ ਸੰਗਤ ਦੇ ਵਿੱਚ ਤਾਂ ਉਹ ਕਹਿੰਦੇ ਕਹਿੰਦੇ ਨਹੀਂ ਮਹਾਰਾਜ ਜੀ ਇੱਥੇ ਬਹੁਤ ਕੁਝ ਬਣਿਆ ਆ ਇਹ ਇੱਥੇ ਖਾਣਾ ਸਾਰਾ ਕੁਝ ਮਹਾਰਾਜ ਕਹਿੰਦੇ ਮਾਤਾ ਦਾ ਜਿਹੜਾ ਸਮਾਨ ਬਣਾਇਆ ਪਤੀਲੇ ਚੱਕ ਕੇ ਲਿਆਓ ਸਾਰਾ ਸਮਾਨ ਚੱਕ ਕੇ ਲਿਆਓ ਪਹਿਲਾਂ ਉਹ ਵਰਤਾਓ ਫਿਰ ਸਾਸੇ ਬਕਾਇ ਪਤੀਲੇ ਚੱਕ ਕੇ ਲੈ ਕੇ ਜਾਏ ਸਾਰਾ ਸਮਾਨ ਪਹਿਲਾਂ ਉਹ ਵਰਤਾਇਆ ਵਾਹ ਦੇਖ ਲਓ ਸੇਵਾ ਸਤਗੁਰ ਕੀ ਸੇਵਾ ਸਫਲ ਹੈ ਤੁਸੀਂ ਇਹਦੇ ਚਾਹ ਦੇ ਨਾਲ ਸਭ ਕੁਝ ਬਣਾਇਆ ਤੁਸੀਂ ਕਹਿੰਦੇ ਖਾਦਾ ਨਹੀਂ ਪਰ ਹੁਣ ਉੱਥੇ ਮੰਗਾ ਕੇ ਖਾਦਾ ਹਾਂਜੀ ਹਾਂਜੀ ਸੇਵ ਕਰਨ ਕੇ ਨਹੀਂ ਇੱਥੇ ਬਣਿਆ ਹੋਇਆ ਉਹ ਕਹਿੰਦੇ ਨਹੀਂ ਮਾਤਾ ਨੂੰ ਸਵੇਰ ਦੀ ਲੱਗੀ ਹੋਈ ਆ ਬੜਾ ਪਹਿਲਾਂ ਉਹ ਲੈ ਕੇ ਆਓ ਉਹ ਬਰਤਾਓ ਉਹ ਸਾਰੀ ਸੰਗਤ ਦੇ ਵਿੱਚ ਬਰਤਾਇਆ ਤਾਂ ਫਿਰ ਜਿਹੜਾ ਲੰਗਰ ਉਹਨਾਂ ਨੂੰ ਬਣਾਇਆ ਫਿਰ ਉਹ ਬਾਅਦ ਚ ਉਹ ਦਿੱਤਾ ਤੁਸੀਂ ਇੱਥੇ ਦੇ ਲਓ ਮਹਾਰਾਜ ਦੀ ਕਿੰਨੀ ਕਿਰਪਾ ਆ ਜਾਨੀ ਜਾਨ ਉਹਨਾਂ ਨੂੰ ਸਭ ਪਤਾ ਸੀ ਠੀਕ ਆ ਕਿੱਥੇ ਕੀ ਹੁੰਦਾ ਤੁਸੀਂ ਉਹਦਾ ਨਾਮ ਲੈ ਕੇ ਸਵੇਰ ਤੋਂ ਲੰਗਰ ਤਿਆਰ ਕਰ ਰਹੇ ਸੀ ਤੇ ਉਹਨਾਂ ਨੇ ਵਿਅਰਥਾ ਨਹੀਂ ਜਾਣ ਦਿੱਤਾ ਹੈ ਉਹਨਾਂ ਨੇ ਉੱਥੇ ਮੰਗਾਲਿਆ ਮਹਾਰਾਜਿਆ ਰਹਿਮਤਾਂ ਬਹੁਤ ਸੀਗੀਆਂ ਮਹਾਰਾਜ ਤਾਂ ਸਭ ਜਾਣੀ ਜਾਣ ਸੀਗੇ ਮਹਾਰਾਜ ਨਾ ਸਭ ਪਤਾ ਸੀ ਜੀ ਕੀ ਕੋਈ ਕਰਦਾ ਕਿੱਥੇ ਕੋਈ ਜਾਂਦਾ ਕਿਹਨੂੰ ਕੋਈ ਬੁਰਾ ਕਹਿੰਦਾ ਮਹਾਰਾਜ ਸਾਰਾ ਕੁਝ ਜਾਣਦੇ ਸੀ ਹੂੰ ਉਹ ਤਾਂ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਤੁਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਤੁਸੀਂ ਕਿਸੇ ਸੇਵਕ ਦਾ ਦੁੱਖ ਸੌਰੀ ਦਿਲ ਨਹੀਂ ਦਿਖਾਣਾ ਜਿਹੜਾ ਜੋ ਕਰਦਾ ਉਹਨੂੰ ਕਰਨ ਦਿਓ ਤੁਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਮਗਾ ਇਹ ਸੀ ਨਾ ਮੈਂ ਨਾ ਕੋ ਲੇਡੀ ਲੜਪੇ ਮੈਂ ਘਰ ਦਾਰੇ ਗਈ ਸੀ ਤਾਂ ਲੇਡੀ ਲੜਪੇ ਕਹਿੰਦੀ ਕੀ ਤੂੰ ਮੱਥੇ ਤੇ ਕਹਿੰਦੀ ਲਾਈ ਫਿਰਦੀਆਂ ਤਿਲ ਪਲਾਈ ਫਿਰਦੀਆਂ ਮੈਂ ਕਿਹ ਦੇਖ ਤੂੰ ਮੈਨੂੰ ਬੁਰਾ ਨਾ ਕਹਿ ਮੈਨੂੰ ਗੁੱਸਾ ਲੱਗਦਾ ਬਹੁਤ ਕਹਿੰਦੀ ਕਿਉਂ ਤੂੰ ਦੂਆ ਪੇ ਬਣਾ ਲਿਆ ਮੈਂ ਕਿਹਾ ਮੇਰੀ ਮਰਜ਼ੀ ਮੇਰੀ ਉਹਦਾ ਚੰਗੀ ਉਹਦਾ ਲੜਾਈ ਹੋਈ ਤੇ ਫਿਰ ਸਗਰ ਆਂਦਾਈ ਤਾਂ ਮੈਂ ਮਹਾਰਾਜ ਕੋਲ ਗਈ ਮੈਂ ਕਿਹਾ ਮਹਾਰਾਜ ਜੀ ਆ ਮੇਰੀ ਨਾਲ ਲੜਾਈ ਬਹੁਤ ਹੋਈ ਆ ਕਹਿੰਦੇ ਕਿਉਂ ਮੈਂ ਤਾਂ ਇੱਕ ਲੇਡੀ ਨਾ ਮੈਨੂੰ ਕਾਫੀ ਉਰਾ ਪਰਬ ਬੋਲੀ ਸੀ ਦੀ ਕਹਿੰਦੇ ਤੁਸੀਂ ਨਹੀਂ ਸੀ ਕਹਿਣਾ ਕੁਝ ਵੀ ਤੁਹਾਡਾ ਕੋਈ ਹੱਕ ਨਹੀਂ ਸੀ ਕਹਿਣਾ ਉਹ ਕਹਿਣਾ ਸੀ ਪਹਿਰਾ ਜੋ ਕਹਿ ਹੁੰਦਾ ਤੇਰੇ ਕੋਲ ਤੁਸੀਂ ਇਹਨੇ ਮਾਤਾ ਕਿਸੇ ਨਾਲ ਲੜਨਾ ਤੁਸੀਂ ਇਹਨੇ ਕਿਸੇ ਨਾਲ ਚਲਣਾ ਉਹਨਾਂ ਨੂੰ ਤੁਹਾਡਾ ਥੈਂਕ ਯੂ ਪਰ ਆਹੂ ਵੀ ਤੁਹਾਡਾ ਕਹਿ ਲੋ ਸਾਡੀ ਕੰਮ ਸੇਕਾ ਮਹਿਲ ਤਤ ਹੋਵੇ ਮੈਂ ਇਹ ਜਵਾਬ ਮੈਂ ਦਿੱਤਾ ਸੀ ਦੇਖ ਲਓ ਹੈ ਇਦਾਂ ਦਾ ਸਾਡਾ ਦਾਤਾ ਸੀ ਉਹ ਕਹਿੰਦਾ ਚਾਹੇ ਤੁਹਾਨੂੰ ਕੋਈ ਕੁਝ ਵੀ ਕਹ ਦੇ ਪਤੂ ਸੀ ਕਿਸੇ ਨੂੰ ਬੁਰਾ ਨਹੀਂ ਕਹਿਣਾ ਹੈ ਨਹੀਂ ਕਹਿਣਾ ਹਾਂ ਅੱਜਕੱਲ ਕਿਸੇ ਨੂੰ ਮਾੜੀ ਜੀ ਗੱਲ ਕੋ ਉਹ ਤੇ ਆਪਣੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਸੈਨ ਸ਼ਕਤੀ ਨਹੀਂ ਹੈਗੀ ਸੱਚ ਸੱਚ ਦੀ ਹਣੀ ਮੈਂ ਤੇ ਯੂਨੀਫਾਰਮ ਪਾ ਲਈ ਨਹੀਂ ਆ ਨਾ ਜਦੋਂ ਸੁਹਰਾ ਜਿਹਰੇ ਜਾਣਾ ਤੇ ਯੂਨੀਫਾਰਮ ਮੇਰੇ ਇਦਾਂ ਹੁੰਦੀ ਮੈਂ ਧਰਤੀ ਦੇ ਉੱਤੇ ਉੱਤੇ ਫੈ ਦਿੰਦੀ ਆ ਇੰਨੀ ਮਨ ਨੂੰ ਖੁਸ਼ੀ ਹੁੰਦੀ ਆ ਤਾਂ ਇੰਨਾ ਮਨ ਹੋ ਜਾਂਦਾ ਨਾ ਫੁੱਲ ਵਰਗੀ ਦੇ ਹੋ ਜਾਂਦੀ ਆ ਇੰਨੀ ਤਾਕਤ ਆ ਯੂਨੀਫਾਰਮ ਚ ਯੂਨੀਫਾਰਮ ਬਹੁਤ ਤਾਕਤ ਆ ਬਹੁਤ ਚਲੋ ਧੰਨੋ ਇਹੋ ਹੀ ਕਿਤੇ ਸਾਰਿਆਂ ਨੂੰ ਸਮਝ ਆ ਜਾਏ ਹੈ ਤੇ ਜੀਵਨ ਸਾਡਾ ਤਰ ਜਾਵੇ ਅਸੀਂ ਡੋਲ ਜਾਂਦੇ ਆ ਤੇ ਅਸੀਂ ਸੋਚਦੇ ਆ ਕਿ ਮਹਾਰਾਜ ਜੀ ਹੁਣ ਸਾਹਮਣੇ ਨਹੀਂ ਪਰ ਉਹ ਕਹਿੰਦੇ ਸੀ ਕਿ ਜਦੋਂ ਅਸੀਂ ਚੱਲੇਗੇ ਸਰੀਰਕ ਰੂਪ ਚੋਂ ਉਦੋਂ ਸਾਡੀ ਤਾਕਤ 10 ਗੁਣਾ ਕੰਮ ਕਰਨੀ ਹੈ ਪਰ ਉਹ ਕਰ ਰਹੀ ਹੈ ਕਰ ਰਹੀ ਆ ਕਰ ਰਹੀ ਆ ਜਿੱਥੇ ਬਲਾਓ ਜਿੱਥੇ ਕਹੋ ਉੱਥੇ ਹਾਜ਼ਰ ਹੋ ਜਾਂਦੇ ਆ ਜੋ ਕੰਮ ਉਹ ਕੰਮ ਹੋ ਜਾਂਦਾ ਹਾਂਜੀ ਹੁੰਦੀ ਆ ਤਾਂ ਹੋਇਆ ਬਿਲਕੁਲ ਦੇਖ ਲਓ ਮੈਂ ਭਾਂਜੀ ਹੁਣ ਤਾਂ ਛੋਟੀ ਜੀ ਗੱਲ ਦੱਸਣ ਲੱਗਾ ਕਿਉਂਕਿ ਤਾਕਤ ਦੀ ਮੈਂ ਸਾਈਪਰਸ ਤੋਂ ਵਾਪਸ ਆਇਆ ਮਿਸੀ ਤੇ ਮੈਂ ਸਾਈਪਰਸ ਗਏ ਸੀ ਉੱਥੇ ਸਾਡਾ ਕਬੱਡੀ ਦਾ ਟੂਰਨਾਮੈਂਟ ਸੀ ਤੇ ਉੱਥੇ ਫੋਰਕਾਸਟ ਆ ਰਹੀ ਸੀ ਕਿ 90% ਮੀਂਹ ਪੈਣਾ ਦੋਨੋਂ ਦਿਨ ਤੇ ਸਾਡੇ ਦੋਨੋਂ ਦਿਨ ਸਨਿਚਰ ਐਤਵਾ ਟੂਰਨਾਮੈਂਟ ਸੀ ਤੇ ਭੰਜੀ ਉਹ ਸਾਰੇ ਘਬਰਾਏ ਲੱਖਾਂ ਪੌਂਡ ਲਾਏ ਸੀ ਉਹਨਾਂ ਨੇ ਤੇ 1.5 200 ਖਿਡਾਰੀ ਆਇਆ ਸੀ ਤੇ ਉਹ ਸਾਰਿਆਂ ਦੇ ਮੂੰਹ ਉੱਤਰੇ ਹੋਏ ਤੇ ਮੇਰੇ ਦਿਮਾਗ 'ਚ ਆਇਆ ਮਹਾਰਾਜ ਦਰਸ਼ਨਦਾਸ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਐ ਅਸੀਂ ਵੀ ਆਏ ਆ ਦਾਤਾ ਕੀ ਕਹਦੇ 인ਦਰਦੇਵ ਨੂੰ ਕਿ ਉਹਦਨ ਮੀਂਹ ਨਾ ਪਵੇ ਤੇ ਸੂਰਜ ਦੇਵ ਨਿਕਲਣ ਮੇਰੇ ਮਨ 'ਚ ਇਹਦਾ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਓ ਮੀਂਹ ਨਹੀਂ ਪੈਣਾ ਮੈਂ ਕਿਹਾ ਤੁਸੀਂ ਇਹਨਾਂ ਪੰਜ ਵਾਰੀ ਨਾਨਕ ਨਾਮ ਚੜ੍ਹਦੀ ਕਲਾ ਕਰੋ ਉਹ ਸਾਰੇ ਦਿਖਣ ਲਾ ਪੇ ਹੂੰ ਨਾਨਕ ਨਾਮ ਚੜ੍ਹਦੀ ਕਲਾ ਕਰੋ ਮੈਂ ਕਿਹਾ ਵੀ ਮੀਂਹ ਨਹੀਂ ਪੈਣਾ ਹਾਂਜੀ ਫਿਰ ਤੇ ਤੁਹਾਨੂੰ ਕਿਤਾ ਪਤਾ ਮੀਂਹ ਨਹੀਂ ਪੈਣਾ ਕਹਿੰਦੇ ਆਪ ਦੇਖੋ ਨਾ ਉਹਦਰ ਟੀਵੀ ਤੇ ਵੀ ਲੱਗਿਆ ਸੀ ਉਹ ਵੀ ਵੈਦਰ ਕਹਿੰਦੇ ਸੀ ਕਿ 80 90% ਜਿਹੜਾ ਮੀ ਪੈਣਾ ਪਤਾ ਨਹੀਂ ਮੇਰੇ ਅੰਦਰ ਕੀ ਹੋਇਆ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਮੇਰਾ ਰੱਬ ਕਹਿੰਦਾ ਮੀ ਨਹੀਂ ਪੈਣਾ ਉਹ ਕਹਿੰਦਾ ਤੇਰਾ ਰੱਬ ਕਿਹੜਾ ਮੈਂ ਕਹਿੰਦਾ ਜਾ ਮੀ ਨਹੀਂ ਪੈਣਾ ਪੰਜ ਜੀ ਤੂੰ ਯਕੀਨ ਕਰੋ ਮੈਂ ਆ ਕੇ ਆਪਣੇ ਰੂਮ ਚ ਮਾਰਾ ਕੇ ਅਰਦਾਸ ਕੀਤੀ ਮੈਂ ਸੱਚਾ ਪਾਤਸ਼ਾਹ ਦੇਖੋ ਭਲੇ ਦਾ ਕੰਮ ਹੈ ਦਾਤਾ ਮੀ ਨਾ ਪਾਈ ਕਿ ਇੰਨੀਆਂ ਲੋਕਾਂ ਨੇ ਆਣਾ ਦੇਖਣ ਵਾਸਤੇ ਸਾਰਾ ਖਰਾਬ ਹੋ ਜਾਣਾ ਕਿ ਬਾਹਰ ਓਪਨ ਦੇ ਵਿੱਚ ਸੀਗਾ ਪੰਜ ਜੀ ਇਦਾਂ ਦੀ ਕਰਾਮਾਤ ਹੋਈ ਨਾ ਚਨਿਸ਼ਵਰ ਮੀ ਪਿਆ ਨਾ ਨਾ ਐਤ ਵਰਮੀ ਪਿਆ ਉਹ ਹੈਰਾਨ ਹੋ ਗਏ ਮੀ ਪਿਆ ਬਾਕੀ ਸਾਰੇ ਸਾਡਾਂ ਤੇ ਮੀ ਪਿਆ ਪਰ ਉਹ ਸਟੇਡੀਅਮ ਦੇ ਵਿੱਚ ਮੀ ਨਹੀਂ ਪਿਆ ਦੋਨੇ ਦਿਨ ਰਹਿਮਤ ਇਹ ਨੂੰ ਰਹਿਮਤ ਕਹਿੰਦੇ ਮਹਾਰਾਜੀ ਉਹ ਉਹ ਮੈਨੂੰ ਕਹਿ ਲਾ ਫੇ ਬਾਬਾ ਜੀ ਦੇਖੋ ਆ ਕੀ ਕੀਤਾ ਵੀ ਤੁਸੀਂ ਯਕੀਨ ਤੇ ਨਹੀਂ ਆਂਦਾ ਮੈਂ ਕਿਹ ਤੁਸੀਂ ਗੁਰਦੁਆਰੇ ਜਾਂਦੇ ਹੋ ਮੰਦਿਰ ਜਾਂਦੇ ਹੋ ਪਰ ਤੁਸੀਂ ਡੋਲ ਜਾਂਦੇ ਹੋ ਤੁਸੀਂ ਫਿਰ ਵੀ ਕਹੀ ਜਾਂਦੇ ਹੋ ਮੀ ਮੈਂ ਜੇ ਤੁਹਾਨੂੰ ਕਿਹਾ ਕਿ ਦਾਤੇ ਨੂੰ ਕਹਿ ਦੋ ਜਿੰਨੂੰ ਤੁਸੀਂ ਮੰਨਦੇ ਹੋ ਕਿ ਮੀ ਨਹੀਂ ਪਹਿਣਾ ਚਾਹੀਦਾ ਮੀ ਨਹੀਂ ਪਾਈਏਗਾ ਕਿਉਂਕਿ ਇਹ ਸਰਬੱਤ ਦੇ ਭਲੇ ਵਾਸਤੇ ਸੀ ਕਰ ਰਹੇ ਆ ਸੋ ਭੈਣ ਜੀ ਉਹਦੀ ਤਾਕਤ ਇੱਥੇ ਹੈ ਤੁਸੀਂ ਕਹੋ ਸਹੀ ਜਿੰਨਾ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਡਰਦੀ ਮੈਂ ਉਹਨਾਂ ਨੂੰ ਪੁੱਛਦੀ ਸੀ ਮੈਂ ਗੱਲਾਂ ਕਰਦੀ ਸੀ ਮੈਂ ਵੀ ਇਦਾਂ ਹੀ ਕਰਦਾ ਸੀ ਉਹ ਕਹਿੰਦੇ ਮੇਕੋ ਕਿਉਂ ਡਰਨਾ ਤੁਸੀਂ ਜੇ ਤੁਸੀਂ ਪਾਪ ਕੀਤਾ ਤੇ ਮੇਕੋ ਡਰੋ ਨਾ ਜੇ ਤੁਸੀਂ ਪਾਪ ਹੀ ਨਹੀਂ ਕੀਤਾ ਤੇ ਤੁਸੀਂ ਕਿਉਂ ਡਰਦੇ ਹੋ ਮੈਨੂੰ ਮੇਰੇ ਕੋ ਗੱਲਾਂ ਕਰੋ ਮੇਰੇ ਕੋ ਮੰਗੋ ਸੋ ਪੰਜੀ ਇਹ ਆ ਪਿਛਲੇ ਵੀਕ ਦੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਅੱਖਾਂ 'ਚ ਉਹ ਅਥਰੂ ਆ ਗਏ ਮੈਸੀ ਕਹਿਣ ਲੱਗੀ ਸੂਰਜ ਨਿਕਲਿਆ ਦੋ ਦਿਨ ਬਾਕੀ ਥਾਵਾਂ ਤੇ ਮੀਂਹ ਪੈਂਦਾ ਰਿਹਾ ਸੋ ਭੈਣ ਜੀ ਇਹ ਹੈ ਉਹ ਦਰਸ਼ਨ ਦਾਸ ਦੀ ਤਾਕਤ ਤੇ ਲੋਕੀ ਸਾਰੇ ਭੁੱਲ ਗਏ ਆ ਕਹਿੰਦੇ ਕਿ ਦਰਸ਼ਨ ਦਾਸ ਮਹਾਰਾਜ ਜੀ ਚਲੇ ਗਏ ਹੁਣ ਕੀ ਹੋਏਗਾ ਨਹੀਂ ਉਹਦੀ ਤਾਕਤ ਇੱਥੇ ਹੈ ਸੱਚੇ ਮਨ ਤੋਂ ਯਾਦ ਕਰਨ ਦੀ ਲੋੜ ਹੈ ਬਸ ਜੇ ਵੀ ਉਹਨਾਂ ਦੀ ਰਹਿਮ ਹੋ ਜਿਨ੍ਹਾਂ ਨੂੰ ਅਨਗਲ ਲਾਉਣਾ ਉਹਨਾਂ ਨੂੰ ਲਾਉਣਾ ਜਿਨ੍ਹਾਂ ਨੇ ਨਹੀਂ ਲੱਗਣਾ ਉਹਨਾਂ ਨੂੰ ਨਹੀਂ ਲਾਉਣਾ ਨਹੀਂ ਲੜ ਇਹ ਬਿਲਕੁਲ ਠੀਕ ਹੈ ਕਿਨੂੰ ਰੱਖਣਾ ਕਿਨੂੰ ਛੱਡਣਾ ਇਹ ਤੂੰ ਹੀ ਜਾਣੇ ਦਰਸ਼ਨ ਦੇ ਖੇਲ ਨਰਾਲੇ ਨੇ ਕੋਈ ਵਿਰਲਾ ਜਾਣੇ ਹੈ ਬਿਲਕੁਲ ਇਹ 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 ਨਾ ਮਹਾਰਾਜੀ ਮਰਜੀ ਸੀ ਮਹਾਰਾਜ ਨੂੰ ਪਤਾ ਸੀ ਕਿੰਦਾ ਦਾ ਬੰਦਾ ਆ ਕੀ ਇਹ ਕੀਤਾ ਕੀ ਨਹੀਂ ਕੀਤਾ ਕਿਹੜੀਆਂ ਗਲਤੀਆਂ ਕੀਤੀਆਂ ਮਹਾਰਾਜ ਦਿਨ ਪੁੱਛੋ ਸਾਰਾ ਕੁਝ ਦੱਸ ਦੇ ਸਕੀ ਜਿਸ ਦਿਨ ਮੈਂ ਆਈਂਦੀ ਆ ਦੇ ਚ ਗੱਡੀ ਚ ਪਾ ਕੇ ਮੈਨੂੰ ਪੈਸਿਆਂ ਦੀ ਖਾਤਰ ਲੈ ਕੇ ਫਿਰਦੇ ਰਹੇ ਮਹਾਰਾਜ ਸਾਫ਼ ਗਿਆ ਮਤਾ ਇੱਥੇ ਤੈਨੂੰ ਲੈ ਕੇ ਗਏ ਇੱਥੇ ਤੈਨੂੰ ਲੈ ਕੇ ਗਏ ਤੇਰੇ ਪੈਸੇ ਦੀ ਖਾਤਰ ਇੱਕ ਵਿੱਚੋਂ ਮੁੰਡਾ ਉੱਠਿਆ ਕਹਿੰਦਾ ਆਂਟੀ ਇੱਥੇ ਉਤਰ ਜਾ ਗੱਡੀ ਚੋਂ ਇਹ ਤੇਰੇ ਪੈਸੇ ਦੀ ਖਾਤਰ ਤੈਨੂੰ ਮਾਰ ਦੇਣੇ ਫਿਰਦੇ ਮਹਾਰਾਜ ਸਾਹਿਬ ਗੱਲਾਂ ਨਹੀਂ ਦੱਸਦੇ ਮੈਂ ਸਾਰ ਨਹੀਂ ਹਰ ਚੀਜ਼ ਤੈਨੂੰ ਦੱਸਦੀ ਦੱਸ ਕੋ ਜਿਵੇਂ ਮਹਾਰਾਜ ਜੀ ਨਾਲ ਨਾਲ ਘੁੰਮਦੇ ਪੇਸੀ ਦੇ ਕੋ ਹਾਂਜੀ ਸੋ ਇਹ ਜੋ ਜੋ ਮੇਰੇ ਨਾਲ ਹੋਇਆ ਮੈਂ ਤੇ ਮਹਾਰਾਜ ਨੂੰ ਪਤਾ ਕਿੱਦਾਂ ਹੈ ਮੈਂ ਮਹਾਰਾਜ ਨੂੰ ਦੇਖ ਮੈਂ ਤੇ ਮਹਾਰਾਜ ਨੂੰ ਕਿੱਦਾਂ ਪੜਾ ਕਹਿੰਦੇ ਇਦਾਂ ਹੋਈ ਤੇ ਨਾ ਤੇਰੇ ਨਾਲ ਇਦਾਂ ਹੋਈ ਆ ਆ ਗੱਲ ਹੋਈ ਆ ਨਕਾ ਹਮਾਰਾ ਜਿੱਦ ਹੁੰਦੀ ਰਹੀ ਆ। ਪੰਜ ਜੀ ਐਂਡ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੇਵਕਾਂ ਨੂੰ ਕਿ ਵੀ ਜਿਹੜੇ ਮੇਰੇ ਵਰਗੇ ਡੋਲ ਜਾਂਦੇ ਨੇ। ਉਹ ਉਹਨਾਂ ਦੇ ਕਰਮ ਆਲੇ ਤਾਂ ਇਹ ਤਾਂ ਆਪੋ ਆਪਣੇ ਕਰਮ ਆ ਇਹ ਤਾਂ ਉਹਨਾਂ ਦੇ ਕਰਮਾਂ ਵਾਲੇ ਕੀਤੇ ਉਹ ਨਹੀਂ ਮੰਨਦੇ ਹੈਗੇ ਅਸੀਂ ਤਾਂ ਅਸੀਂ ਤਾਂ ਕਹਿੰਦੇ ਅਸੀਂ ਤਰ ਗਏ ਆ। ਮੈਂ ਤਰ ਗਈ ਆ। ਚਲੋ ਠੀਕ। ਪੰਜ ਜੀ ਅੱਜ ਦੇ ਲਈ ਇੰਨਾ ਹੀ ਕਿਉਂਕਿ ਟਾਈਮ ਹੋਣ ਖਤਮ ਹੋ ਰਿਹਾ ਹੈ। ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਟਾਈਮ ਦਿੱਤਾ ਹੈ ਤੇ ਗਾਂ ਫਿਰ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਂਗਾ ਅਗਲੇ ਐਪੀਸੋਡ ਵਾਸਤੇ ਅੱਜ ਦੇ ਲਈ ਇੰਟਾਈਨ ਜੀ ਨਾਨਕ ਨਾਮ ਕੜਦੀ ਕਲਾ ਜਰੂਰ ਕਰ ਤੇਰੇ ਭਾਣੇ ਸਰਬੱਤ ਦਾ ਭਲਾ ਤਨ ਗੁਰੂ